ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਅੱਜ ਦੇ ਸੈਗਮੈਂਟ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਦੀਆ ਸਿਮੂਲਿਆ ਜੀ ਨਾਲ, ਜਿਹੜੇ ਕਿ ਕਾਊਂਸਲਰ ਨੇ, ਅਤੇ ਗੱਲਬਾਤ ਹੋਏਗੀ ਪੇਰੈਂਟਿੰਗ ਸਕਿੱਲਸ ਦੇ ਬਾਰੇ। ਖਾਸ ਤੌਰ ਉੱਤੇ ਜਿਹੜੇ ਇਮੀਗ੍ਰੈਂਟਸ ਨੇ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ। ਹਰ ਇੱਕ ਵਿਅਕਤੀ ਜੋ ਹੈ ਚਾਹੁੰਦਾ ਹੈ ਕਿ ਉਹਨਾਂ ਦੇ ਬੱਚੇ ਚੰਗੇ ਤਰੀਕੇ ਨਾਲ ਰੇਜ਼ ਕੀਤੇ ਜਾਣ, ਅਤੇ ਹਰ ਇੱਕ ਮਾਂ ਪਿਓ ਇਹੀ ਕੋਸ਼ਿਸ਼ ਕਰਦੇ ਨੇ। ਪਰ ਇਹਨਾਂ ਮੁਲਕਾਂ 'ਚ ਆ ਕੇ ਕੁਝ ਪਰਿਸਥਿਤੀਆਂ ਬਦਲ ਜਾਂਦੀਆਂ ਨੇ, ਕੁਝ ਸਿਚੁਏਸ਼ਨ ਐਸੀ ਵੀ ਕਈ ਵਾਰ ਡਿਵੈਲਪ ਹੋ ਜਾਂਦੀ ਹੈ ਜਿਸ ਦੇ ਵਿੱਚ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਬੱਚਿਆਂ ਨਾਲ ਕਿਵੇਂ ਡੀਲ ਕਰਨਾ ਹੈ। ਆਓ ਇਸੇ ਸੰਬੰਧ ਵਿੱਚ ਜਾਣਕਾਰੀ ਲੈਂਦੇ ਹਾਂ ਸਾਦੀਆ ਸਮੀਉੱਲਾ ਜੀ ਤੋਂ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਵੈਰੀ ਮੱਚ ਜੀ। ਸੋ ਹਰ ਇੱਕ ਮਾਂ ਪਿਓ ਦਾ ਜੀ ਇਹੀ ਫਰਜ਼ ਹੈਗਾ, ਅਤੇ ਕੋਸ਼ਿਸ਼ ਵੀ ਇਹੀ ਕਰਦੇ ਨੇ ਕਿ ਆਪਣੇ ਬੱਚੇ ਨੂੰ ਸਹੀ ਤਰੀਕੇ ਨਾਲ ਰੇਜ਼ ਕਰਨ। ਕੋਈ ਵੀ ਮਾਂ ਪਿਓ ਨਹੀਂ ਚਾਹੁੰਦਾ ਕਿ ਬੱਚਾ ਦੀ ਪਰਵਰਿਸ਼ ਜਿਹੜੀ ਉਸਦੇ ਵਿੱਚ ਕੋਈ ਕਮੀ ਰਹਿ ਜਾਏ। ਜਦੋਂ ਇਮੀਗ੍ਰੈਂਟਸ ਦੀ ਗੱਲ ਕਰਦੇ ਹਾਂ, ਐਜ਼ ਅ ਕਾਊਂਸਲਰ ਤੁਸੀਂ ਬਹੁਤ ਸਾਰੇ ਪੇਰੈਂਟਸ ਨਾਲ ਡੀਲ ਕਰਦੇ ਹੈਗੇ ਹੋ, ਤੁਹਾਡੀ ਕੀ ਆਬਜ਼ਰਵੇਸ਼ਨ ਹੈਗੀ ਹੈ, ਅਤੇ ਕਿਹੜੀਆਂ ਚੀਜ਼ਾਂ ਤੁਸੀਂ ਪੁਆਇੰਟ ਆਊਟ ਕਰਨਾ ਚਾਹੋਗੇ ਅੱਜ ਜਿਨ੍ਹਾਂ 'ਤੇ ਸਾਨੂੰ ਕੁਝ ਕੰਮ ਕਰਨ ਦੀ ਲੋੜ ਹੈਗੀ ਹੈ ਜੀ? ਸੋ ਇਮੀਗ੍ਰੈਂਟ ਫੈਮਿਲੀਜ਼ ਦੇ ਨਾਲ ਮੈਂ ਕੋਈ ਅਰਾਊਂਡ 10 ਸਾਲ ਹੋ ਗਏ ਨੇ ਕੰਮ ਕਰਦੇ ਮੈਨੂੰ ਸੋਸ਼ਲ ਸਰਵਿਸਿਜ਼ ਦੇ ਵਿੱਚ, ਅਤੇ ਸਪੈਸ਼ਲੀ ਪੇਰੈਂਟਿੰਗ ਪ੍ਰੋਗਰਾਮਸ ਦੇ ਵਿੱਚ ਵੀ ਕੰਮ ਕੀਤਾ। ਹਾਲੀ ਸਟਿਲ ਆਈ ਹੈਵ ਮਾਈ ਪ੍ਰੈਕਟਿਸ ਵੈਰੀ ਮੱਚ ਅਲਾਈਵ। ਚਿਲਡਰਨਸ ਫਾਊਂਡੇਸ਼ਨ ਦੇ ਨਾਲ ਮੈਂ ਪੇਰੈਂਟਿੰਗ ਗਰੁੱਪਸ ਫੈਸਿਲੀਟੇਟ ਕਰਦੀ ਹਾਂ ਐਜ਼ ਅ ਟ੍ਰੇਨ ਫੈਸਿਲੀਟੇਟਰ। ਅਤੇ ਪਹਿਲੀ ਗੱਲ ਤਾਂ ਐਵੇਂ ਕਿ ਜੇ ਅਸੀਂ ਇਮੀਗ੍ਰੈਂਟ ਸਟੇਟ ਆਫ ਮਾਈਂਡ 'ਤੇ ਗੱਲ ਕਰੀਏ, ਅਤੇ ਪੇਰੈਂਟਸ ਦੇ ਵਾਸਤੇ ਸਪੈਸ਼ਲੀ ਮਿਡਲ ਏਜ ਦੇ ਵਿੱਚ ਮਾਈਗ੍ਰੇਟ ਕਰਨਾ ਬੜਾ ਔਖਾ ਹੈਗਾ। ਇਟਸ ਅ ਵੈਰੀ ਡਿਫੀਕਲਟ ਐਕਸਪੀਰੀਅੰਸ ਕਿ ਤੁਸੀਂ ਆਪਣਾ ਇੱਕ ਇਸਟੈਬਲਿਸ਼ਡ ਘਰ ਬਾਰ ਛੱਡ ਕੇ ਠੀਕ ਅੱਛੇ ਫਿਊਚਰ ਦੀ ਤਲਾਸ਼ ਦੇ ਵਿੱਚ ਤੁਸੀਂ ਇੱਕ ਦੂਜੇ ਮੁਲਕ ਆ ਕੇ ਬੈਠ ਜਾਂਦੇ ਹੋ। ਮੋਸਟਲੀ ਪੇਰੈਂਟਸ ਦਾ ਜਿਹੜਾ ਮਾਈਗ੍ਰੇਸ਼ਨ ਦਾ ਮੂਵ ਹੁੰਦਾ ਉਹ ਆਪਣੇ ਬੱਚਿਆਂ ਦੇ ਬੈਟਰ ਫਿਊਚਰ ਦੇ ਵਾਸਤੇ ਹੁੰਦਾ। ਸੋ ਇੱਕ ਤਾਂ ਸਾਨੂੰ ਇਹ ਐਕਨੋਲੇਜ ਕਰ ਲੈਣਾ ਚਾਹੀਦਾ ਕਿ ਜਦੋਂ ਪੇਰੈਂਟਸ ਇੱਥੇ ਆਉਂਦੇ ਨੇ ਦੇ ਵਾਂਟ ਅ ਬੈਟਰ ਫਿਊਚਰ ਸਪੈਸ਼ਲੀ ਫੋਰ ਦੇਅਰ ਚਿਲਡਰਨ, ਅਤੇ ਇੱਕ ਤਾਂ ਫੈਕਟਰ ਇਹ ਹੋਇਆ। ਦੂਜਾ, ਜਦੋਂ ਪੇਰੈਂਟਸ ਇੱਥੇ ਮਾਈਗ੍ਰੇਟ ਕਰਦੇ ਨੇ ਆਪ, ਅਤੇ ਉਹਨਾਂ ਦੀ ਲਾਈਫ ਦੇ ਵਿੱਚ ਖਾਸੀ ਸ਼ੁਰੂ ਦੇ ਵਿੱਚ ਐਵੇਂ ਕਿ ਦੇਰ ਇਜ਼ ਅ ਲੋਟ ਆਫ ਮਾਈਗ੍ਰੇਸ਼ਨ ਬਲੂਜ਼, ਆਈ ਵੁੱਡ ਸੇ, ਕਿ ਇੱਕ ਉਹਨਾਂ ਨੂੰ ਕਲਚਰਲ ਸ਼ੌਕ ਹਿੱਟ ਕਰਦਾ ਹੈਗਾ ਕਿ ਅਸੀਂ ਕਿੱਥੋਂ ਆਏ ਸੀ, ਉੱਥੇ ਵੀ ਵਾਸ ਸਮਥਿੰਗ, ਨਾਓ ਵੀ ਆਰ ਨਥਿੰਗ। ਫੋਰਨ ਕ੍ਰੈਡੈਂਸ਼ੀਅਲ ਇਵੈਲਿਊਏਸ਼ਨਸ ਨੇ ਆਪਣੀ ਫੀਲਡ ਦੇ ਵਿੱਚ ਆਪਣੀ ਜਿਹੜੀ ਤੁਹਾਡੀ ਸਕਿੱਲਸ ਨੇ, ਜਿਹੜੀ ਤੁਹਾਡੀ ਹੈ ਕਾਬਲੀਅਤ, ਉਹਦੇ ਕੰਪੀਟੈਂਸ ਦੇ ਹਿਸਾਬ ਦੇ ਨਾਲ ਜੋਬਾਂ ਦੇਖਣੀਆਂ, ਰਿਹਾਇਸ਼ ਦਾ ਕਰਨਾ, ਇਹ ਸਾਰੇ ਕੁਝ ਜਿਹੜੇ ਚੈਲੰਜਸ ਨੇ ਦੇ ਵੇ ਯੂ ਡਾਊਨ, ਠੀਕ, ਇਹ ਤੁਹਾਡੇ 'ਤੇ ਇਫੈਕਟ ਪਾਉਂਦੇ ਨੇ। ਅਤੇ ਨਾ ਸਿਰਫ ਕਿ ਸ਼ੁਰੂ ਦੇ 2-3 ਮਹੀਨੇ ਬਲਕਿ ਕੁਝ ਲੋਕ 4-5 ਸਾਲ ਜਿਹੜੇ ਨੇ ਇੱਕ ਕਹਿ ਲਓ ਕਿ ਵਿਸ਼ਸ ਸਾਈਕਲ ਬਣ ਜਾਂਦਾ ਹੈਗਾ, ਬਿਲਕੁਲ, ਅਤੇ ਸਰਵਾਈਵਲ ਦੇ ਵਿੱਚ। ਅਤੇ ਉਹ ਐਕਨੋਲੇਜ ਮੈਂ ਕਰਨਾ ਚਾਹੁੰਦੀ ਹਾਂ ਕਿ ਆਲ ਦੀਸ ਫੈਕਟਰਸ ਡੂ ਵੇ ਯੂ ਡਾਊਨ, ਰਾਈਟ। ਫਿਰ ਐਵੇਂ ਕਿ ਜਿਹੜਾ ਤੁਹਾਡਾ ਸੋਸ਼ਲ ਸਪੋਰਟ ਸਿਸਟਮ ਹੁੰਦਾ ਬੈਕ ਹੋਮ, ਉਹ ਇੱਥੇ ਨਹੀਂ ਹੁੰਦਾ ਹੈਗਾ, ਬੜਾ ਮੁਸ਼ਕਿਲ ਹੁੰਦਾ ਹੈਗਾ ਇੱਥੇ ਆਪਣੀ ਮਰਜ਼ੀ ਦੇ ਦੋਸਤ ਲੱਭਣੇ, ਸੋਸ਼ਲ ਸਰਕਲ ਇਸਟੈਬਲਿਸ਼ ਕਰਨਾ, ਸੋਸਾਇਟੀ ਦੇ ਵਿੱਚ ਆਪਣੀ ਜਗ੍ਹਾ ਬਣਾਉਣੀ, ਇਟਸ ਰੀਲੀ ਹਾਰਡ। ਸੋ ਇਹ ਸਾਰੇ ਜਿਹੜੇ ਫੈਕਟਰਸ ਨੇ ਉਹ ਤੁਹਾਡੀ ਪੇਰੈਂਟਿੰਗ 'ਤੇ, ਕਿਉਂਕਿ ਨੈਚੁਰਲੀ ਜਦੋਂ ਤੁਸੀਂ ਸਟ੍ਰੈਸਡ ਆਊਟ ਹੁੰਦੇ ਹੋ, ਜਿਹੜੇ ਤੁਹਾਡੇ ਨੇੜਤਾ ਦੇ ਰਿਸ਼ਤੇ ਨੇ ਉਹਨਾਂ 'ਤੇ ਸਭ ਤੋਂ ਜ਼ਿਆਦਾ ਤੁਹਾਡਾ ਰਿਲੇਸ਼ਨਸ਼ਿਪ ਦੇ ਵਿੱਚ ਫ੍ਰਿਕਸ਼ਨ ਆਉਂਦਾ ਹੈ, ਕਿਉਂਕਿ ਸਾਨੂੰ ਕਈ ਵਾਰੀ ਇਹ ਹੁੰਦਾ ਹੈ ਕਿ ਆਪਣੇ ਇਮੋਸ਼ਨਸ ਨੂੰ ਐਕਨੋਲੇਜ ਕਰਨਾ ਅਤੇ ਉਹਨਾਂ ਨੂੰ ਪ੍ਰੋਪਰਲੀ ਐਕਸਪ੍ਰੈਸ ਕਰਨਾ ਬੜਾ ਔਖਾ ਲੱਗਦਾ ਹੈਗਾ। ਜੇ ਅਸੀਂ ਆਪਣੇ ਆਪ ਦੇ ਨਾਲ ਕਨੈਕਟਡ ਹੈਗੇ ਹਾਂ, ਵੀ ਨੋ ਵਟਸ ਗੋਇੰਗ ਔਨ ਫੋਰ ਆਰ ਸੈਲਫ, ਫਿਰ ਤਾਂ ਸਾਨੂੰ ਈਜ਼ੀ ਹੈਗਾ ਕਿ ਅਸੀਂ ਪਹਿਚਾਣ ਲਈਏ ਕਿ ਹਾਂ, ਦਿਸ ਇਜ਼ ਸਮਥਿੰਗ ਵਿਚ ਇਜ਼ ਗੋਇੰਗ ਟੂ ਸਟ੍ਰੈਸ ਮੀ ਆਊਟ, ਹੈ ਮੇਰੀ ਲਾਈਫ ਦਾ ਸਟ੍ਰੈਸਰ ਹੈਗਾ, ਅਤੇ ਉਹ ਸਟ੍ਰੈਸਰ ਕਿੱਥੇ ਕਿੱਥੇ ਮੈਨੂੰ ਇਫੈਕਟ ਕਰੇਗਾ, ਮੇਰੀ ਭੁੱਖ ਅਤੇ ਨੀਂਦ ਅਤੇ ਮੇਰੇ ਰਿਲੇਸ਼ਨਸ਼ਿਪਸ ਅਤੇ ਸੋ ਔਨ, ਪੂਰੀ ਲਿਸਟ ਹੈਗੀ। ਸੋ ਜਦੋਂ ਅਸੀਂ ਪੇਰੈਂਟਿੰਗ ਦੀ ਗੱਲਬਾਤ ਕਰਦੇ ਹਾਂ, ਮੋਸਟਲੀ ਇਮੀਗ੍ਰੈਂਟ ਪੇਰੈਂਟਸ ਦੇ ਨਾਲ, ਮੋਸਟਲੀ ਫੈਮਿਲੀਜ਼ ਦੇ ਨਾਲ ਮੈਂ ਦੇਖਦੀ ਹਾਂ ਕਿ ਜਦੋਂ ਆਉਂਦੇ ਨੇ ਇੱਥੇ, ਅਤੇ ਉਹਨਾਂ ਦਾ ਜਿਹੜਾ ਪੇਰੈਂਟਿੰਗ ਸਟਾਈਲ ਹੈ, ਬੌਂਡਿੰਗ ਬੜੀ ਸਟਰੋਂਗ ਹੁੰਦੀ ਹੈ, ਅਟੈਚਮੈਂਟ ਬੇਸਡ ਹੁੰਦੀ ਹੈ। ਮੋਸਟਲੀ ਇਨ ਆਰ ਕਲਚਰਸ ਇੰਟਰਜੈਨਰੇਸ਼ਨਲ ਪੇਰੈਂਟਿੰਗ ਹੁੰਦੀ ਹੈ, ਲੋਕ ਜਿਵੇਂ ਕਹਿ ਲਓ ਕਿ ਟੇਕਸ ਦ ਵਿਲੇਜ ਟੂ ਰੇਜ਼ ਦ ਚਾਈਲਡ, ਉਹ ਮੈਂਟੈਲਿਟੀ ਸਾਡੀ ਹੁੰਦੀ ਹੈ। ਜਦੋਂ ਅਸੀਂ ਵੱਡੇ ਹੁੰਦੇ ਸੀ, ਤੁਸੀਂ ਉਹ ਟਾਈਮ ਸੋਚੋ ਕਿ ਇੱਕ ਜਿਵੇਂ ਪੂਰੀ ਜਿਹੜੀ ਸੋਸਾਇਟੀ ਸੀ ਉਹ ਦੇ ਯੂਜ਼ ਟੂ ਵਾਚ ਅਸ ਓਵਰ, ਰਾਈਟ, ਅਤੇ ਉਹ ਸੈਂਸ ਆਫ ਸੇਫਟੀ, ਸੈਂਸ ਆਫ ਸਿਕਿਉਰਿਟੀ, ਬੱਚੇ ਦੀ ਸੈਲਫ ਇਸਟੀਮ, ਉਹ ਸਾਰਾ ਕੁਛ ਡਿਫਰੈਂਟ ਫਰੇਮਵਰਕ ਹੈ। ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਇੱਥੇ ਪਹਿਲੀ ਗੱਲ ਤਾਂ ਐਵੇਂ ਕਿ ਲੋਕ ਆਈਸੋਲੇਸ਼ਨ ਦੇ ਵਿੱਚ, ਦੇ ਗੈਟ ਇਨ ਟੂ ਸਾਇਲੋਸ, ਜਾਂ ਫਿਰ ਜਿਹੜੇ ਮਾਈਗ੍ਰੇਸ਼ਨ ਪੈਟਰਨ ਅਸੀਂ ਦੇਖਦੇ ਹਾਂ, ਦੇ ਟਿਪਿਕਲੀ ਸੈਟਲ ਇਨ ਟੂ ਕਲਚਰਲ ਗੈਟੋਸ। ਵੈਨ ਆਈ ਸੇ ਦੈਟ ਆਈ ਐਮ ਨੋਟ ਕਮਿੰਗ ਫਰੋਮ ਅ ਪਲੇਸ ਆਫ ਡਿਸਰਿਸਪੈਕਟ, ਪਰ ਐਵੇਂ ਕਿ ਉਹ ਕਈ ਵਾਰੀ ਉਹ ਇਸ ਤਰ੍ਹਾਂ ਦੀ ਥਾਵਾਂ 'ਤੇ ਜਾਣਗੇ ਜਿੱਥੇ ਕਿ ਉਹਨਾਂ ਨੂੰ ਅੰਗਰੇਜ਼ੀ ਨਾ ਬਹੁਤੀ ਬੋਲਣੀ ਪਵੇ,
ਜਿੱਥੇ ਉਹਨਾਂ ਨੂੰ ਆਪਣੇ ਕਲਚਰ ਦੀ ਜਿਵੇਂ ਕਹਿ ਲਓ ਬੋਲੀ ਦੀ ਸਹੂਲਤ ਹੋਵੇ, ਐਜੂਕੇਸ਼ਨ ਦੀ, ਗਰੋਸਰੀ ਦੀ, ਰਿਹਾਇਸ਼ ਦੀ, ਜਿੱਥੇ ਆਪਣਾ ਉਹ ਡਰੈਸ ਪਾ ਸਕਣ, ਜਿਵੇਂ ਕਲਚਰਲ ਕਨਫਾਰਮਿਟੀ ਉਹਨਾਂ ਦੇ ਵਾਸਤੇ ਔਖੀ ਨਾ ਹੋਵੇ, ਤੇ ਉਹਦੇ ਨਾਲ ਐਵੇਂ ਕਿ ਦੇਅਰ ਪ੍ਰੋਜ਼ ਐਂਡ ਕੌਨਸ। ਇੱਕ ਤਾਂ ਐਵੇਂ ਕਿ ਇੱਕ ਟੈਂਪਰੇਰੀ ਬੈਂਡੇਡ ਸਲਿਊਸ਼ਨ ਕਹਿ ਲਓ, ਠੀਕ ਹੈ ਕਿ ਉਹ ਤੁਹਾਨੂੰ ਸੈਟਲਮੈਂਟ ਦੇ ਵਿੱਚ ਹੈਲਪ ਹੋ ਜਾਂਦੀ ਹੈ। ਕਈ ਵਾਰੀ ਮੈਂ ਇਸ ਤਰ੍ਹਾਂ ਦੇ ਵੀ ਕੈਨੇਡਾ ਦੇ ਵਿੱਚ ਲੋਕ ਦੇਖੇ ਨੇ ਜਿਹੜੇ ਕਿ ਇੱਥੇ ਕਿੰਨੇ ਸਾਲਾਂ ਦੇ ਬੈਠੇ ਨੇ, ਅੰਗਰੇਜ਼ੀ ਦਾ ਇੱਕ ਲਫ਼ਜ਼ ਨਹੀਂ ਬੋਲਦੇ, ਦੇ ਫਾਈਨ ਰਾਈਟ, ਗੁਜ਼ਾਰਾ ਕਰੀ ਜਾਂਦੇ ਨੇ ਜੀ ਜੀ। ਅਤੇ ਐਵੇਂ ਕਿ ਉਹਦੇ ਨਾਲ ਹੁੰਦਾ ਐਵੇਂ ਕਿ ਇਹ ਸਾਰਾ ਕੁਛ ਤੁਹਾਡੇ ਜਿਵੇਂ ਰਿਲੇਸ਼ਨਸ਼ਿਪਸ 'ਤੇ ਇਫੈਕਟ ਪਾ ਰਿਹਾ, ਰਾਈਟ? ਤੁਸੀਂ ਉੱਥੇ ਖੜ੍ਹੇ ਹੋਏ ਹੋ ਪਰ ਤੁਹਾਡੇ ਨਾਲ ਜਿਹੜੇ ਤੁਹਾਡੇ ਬੱਚੇ ਨੇ ਉਹ ਦੇ ਆਰ ਐਕਟਿੰਗ ਐਜ਼ ਇੰਟਰਪ੍ਰੇਟਰਸ ਫੋਰ ਯੂ, ਦੇ ਆਰ ਗੋਇੰਗ ਟੂ ਸਕੂਲ ਹੇਅਰ, ਉਹ ਆਪਣੇ ਕਨੈਕਸ਼ਨ ਬਣਾ ਰਹੇ ਨੇ, ਉਹ ਹੋਰ ਉਹਨਾਂ ਦੇ ਕਨੈਕਸ਼ਨਸ ਜਿਹੜੇ ਨੇ ਅਸਿਮੀਲੇਸ਼ਨ ਪੈਟਰਨਸ ਡਿਵੈਲਪ ਹੋ ਰਹੇ ਨੇ। ਠੀਕ, ਤੁਹਾਡੀ ਗਰੋਥ ਨਹੀਂ ਹੋ ਰਹੀ ਜਦਕਿ ਬੱਚਿਆਂ ਨੂੰ ਹੋਰ ਬਹੁਤ ਸਾਰੇ ਕਲਚਰਸ ਨੂੰ ਇੰਟਰੋਡਕਸ਼ਨ ਹੋ ਰਹੀ ਹੈ, ਮਿਲ ਜੁਲ ਰਹੇ ਨੇ, ਤੇ ਉਹਨਾਂ ਦੀ ਮਾਨਸਿਕ ਜਿਹੜੀ ਸੋਚ ਹੈ ਉਸਦੇ ਵਿੱਚ ਤਬਦੀਲੀ ਆ ਰਹੀ ਹੈ, ਤਬਦੀਲੀ ਆ ਰਹੀ ਹੈ, ਅਸੀਂ ਕਿਉਂਕਿ ਆਪਣੇ ਹੀ ਉਸ ਕਲਚਰਲ ਯੂ ਨੋ ਬੈਕਗ੍ਰਾਉਂਡ ਵਿੱਚ ਜਾ ਕੇ ਅਸਿਮੀਲੇਟ ਹੋ ਰਹੇ ਹਾਂ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਜੀ। ਰਾਈਟ ਜੀ, ਤੇ ਐਵੇਂ ਕਿ ਉਹ ਕਈ ਵਾਰੀ ਜਿਹੜਾ ਪੈਰੈਂਟਿੰਗ ਵੈਲਿਊਜ਼ ਦਾ ਕਲੈਸ਼ ਆਉਂਦਾ ਹੈਗਾ, ਉਹ ਤਾਂ ਕਰਕੇ ਮੈਂ ਇਹਦਾ ਬੈਕਗ੍ਰਾਉਂਡ ਦਿੱਤਾ ਕਿ ਇਹ ਇੱਕ ਵੈਲਿਡ ਰੀਜ਼ਨ ਹੈਗੀ ਹੈ ਕਿ ਅਸੀਂ ਆਪਣੀ ਵੈਲਿਊਜ਼ ਲੈ ਕੇ ਜਦੋਂ ਇੱਥੇ ਆਉਂਦੇ ਹਾਂ, ਵੈਲਿਊਜ਼ ਕਿਸੇ ਦੀ ਵੀ ਮਾੜੀਆਂ ਨਹੀਂ ਹੁੰਦੀਆਂ, ਪਰ ਐਵੇਂ ਕਿ ਜਦੋਂ ਅਸੀਂ ਇੱਕ ਨਈ ਥਾਂ ਤੇ ਆ ਗਏ, ਇੱਥੇ ਪੇਰੈਂਟਿੰਗ ਦਾ ਜਿਵੇਂ ਮੈਂ ਅੱਗੇ ਐਕਨੋਲੇਜ ਕੀਤਾ ਵਿਦ ਮਚ ਰਿਸਪੈਕਟ ਕਿ ਸਾਡੇ ਕਲਚਰਸ ਦੇ ਵਿੱਚ ਅਟੈਚਮੈਂਟ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਸਾਡੇ ਕਲਚਰਸ ਦੇ ਵਿੱਚ ਪ੍ਰੋਬਲਮ ਇਹ ਹੈਗੀ ਹੈ ਕਿ ਜਿਹੜੀ ਡਿਸਿਪਲਿਨ ਸਟ੍ਰੈਟਜੀਜ਼ ਅਸੀਂ ਉੱਥੇ ਠੀਕ ਸਮਝਦੇ ਸੀ ਉਹ ਇੱਥੇ ਠੀਕ ਨਹੀਂ ਸਮਝੀਆਂ ਜਾਂਦੀਆਂ। ਸਾਡੇ ਦੇਸ਼ਾਂ ਦੇ ਵਿੱਚ ਫਿਜ਼ੀਕਲ ਡਿਸਿਪਲਿਨ ਜਿਹੜਾ ਹੈਗਾ ਦੈਟ ਇਜ਼ ਠੀਕ, ਇਟਸ ਅ ਨਾਰਮਲ ਰੂਟੀਨ, ਇਟਸ ਅ ਨਾਰਮਲ ਰੂਟੀਨ, ਉਹਨੂੰ ਕੋਈ ਮਾਈਂਡ ਨਹੀਂ ਕਰਦਾ ਹੈਗਾ, ਤੇ ਉਹਨੂੰ ਐਵੇਂ ਕਿ ਕਦੀ ਅਸੀਂ ਜੇ ਸੋਚੀਏ ਤੇ ਸਾਨੂੰ ਤੇ ਐਵੇਂ ਕਿ ਜਿਵੇਂ ਉਹ ਸੋਨੇ ਨੂੰ ਤਪਾ ਕੇ ਕੁੰਦਨ ਬਣਾਇਆ ਜਾਂਦਾ, ਅਸੀਂ ਤੇ ਸਾਰੇ ਕੁੰਦਨ ਬਣੇ ਹੋਏ ਆ। ਐਬਸੋਲੂਟਲੀ, ਕਿਉਂਕਿ ਉਹ ਪਤਾ ਇੰਟੈਂਸ਼ਨ ਕੀ ਹੈਗੀ ਕਿ ਬੱਚੇ ਦੀ ਬੈਟਰਮੈਂਟ ਵਾਸਤੇ ਇਹ ਕੰਮ ਕੀਤਾ ਜਾ ਰਿਹਾ। ਜੇਕਰ ਫਿਜ਼ੀਕਲ ਤੁਹਾਨੂੰ ਉੱਥੇ ਜੇ ਯੂ ਨੋ ਕੁਝ ਚਪੇੜ ਪੈ ਗਈ ਸਕੂਲ ਜਾਂ ਘਰ 'ਚ ਵੀ ਹੋ ਗਈ, ਤਾਂ ਉਹ ਇਹੀ ਹੈ ਕਿ ਵੀ ਤੇਰੇ ਬਿਹਤਰੀ ਵਾਸਤੇ ਹੈਗਾ, ਕੋਈ ਮਾੜਾ ਨਹੀਂ ਹੈਗਾ, ਮਾੜਾ ਨਹੀਂ, ਜਦਕਿ ਇੱਥੇ ਉਹ ਚੀਜ਼ ਚੱਲਦੀ ਨਹੀਂ ਹੈਗੀ। ਫਿਜ਼ੀਕਲ ਦੇਖੋ, ਸਾਡੇ ਮੁਲਕਾਂ ਦੇ ਵਿੱਚ ਵੀ ਜਿਹੜਾ ਫਿਜ਼ੀਕਲ ਅਬਿਊਜ਼ ਹੈ ਨਾ, ਇਟਸ ਨੋਟ ਅ ਗੁੱਡ ਥਿੰਗ। ਸੱਚੀ ਗੱਲ ਐਵੇਂ ਕਿ ਨਨ ਆਫ ਅਸ ਇੰਜੋਇਡ ਇਟ ਜਦੋਂ ਸਾਡੀ ਕਦੀ ਕਲਾਸ ਲੱਗਦੀ ਸੀ, ਵੀ ਨੈਵਰ ਅਪਰੀਸ਼ੀਏਟਡ ਦੈਟ, ਟੂ ਬੀ ਹੋਨੈਸਟ। ਰਾਈਟ, ਐਬਸੋਲੂਟਲੀ, ਇਹ ਤੁਹਾਡੀ ਬਾਉਂਡਰੀ ਵਾਇਲੇਸ਼ਨ ਹੈ। ਫਿਜ਼ੀਕਲ ਅਬਿਊਜ਼ ਇਜ਼ ਨੋਟ ਓਕੇ ਐਟ ਆਲ। ਜੇ ਤੁਸੀਂ ਉਹਨੂੰ ਕਲਚਰ ਦਾ ਪਿੱਛੇ ਸਹਾਰਾ ਦੇ ਕੇ ਕਹੋ ਕਿ ਹਾਂਜੀ ਕਲਚਰ ਉਹਨੂੰ ਵੈਲੀਡੇਟ ਕਰਦਾ, ਇਟਸ ਰੋਂਗ, ਇਟਸ ਰੋਂਗ ਐਨੀਵੇਜ਼, ਇਟਸ ਨੋਟ ਵੈਲੀਡੇਟਡ, ਇਟ ਸ਼ੁੱਡ ਨੋਟ ਬੀ ਵੈਲੀਡੇਟਡ। ਇਸੇ ਤਰ੍ਹਾਂ ਜੇ ਅਸੀਂ ਬੱਚਿਆਂ ਦੀ ਥੋੜ੍ਹੀ ਜਿਹੀ ਗੱਲ ਅੱਗੇ ਚਲੀ ਜਾਂਦੀ ਹੈ, ਜੇ ਅਸੀਂ ਕਹੀਏ ਕਿ ਬੱਚਿਆਂ ਦੇ ਨਾਲ ਫਿਜ਼ੀਕਲ ਡਿਸਿਪਲਿਨ ਸਾਡੇ ਕਲਚਰਸ ਦੇ ਵਿੱਚ ਅਲਾਊਡ ਹੈ, ਤਾਂ ਹੀ ਤਾਂ ਫਿਰ ਐਵੇਂ ਕਿ ਘਰੇਲੂ ਹਿੰਸਾ ਦੇ ਇੰਨੇ ਸਾਰੇ ਪ੍ਰੋਬਲਮਸ ਹੁੰਦੇ ਨੇ ਕਿ ਅਸੀਂ ਹੱਥ ਚੁੱਕਣਾ ਜਿਹੜਾ ਹੈਗਾ ਉਹਨੂੰ ਪਾਦਰੀ ਸਮਝਦੇ, ਉਹਨੂੰ ਨੋਰਮਲ ਰੂਟੀਨ ਸਮਝਦੇ, ਇਟਸ ਨੋਟ ਨੋਰਮਲ। ਰਾਈਟ, ਸੋ ਮੈਂ ਇਹ ਕਲੈਰੀਫਾਈ ਕਰਦੀ ਚੱਲਾਂ ਕਿ ਫਿਜ਼ੀਕਲ ਅਬਿਊਜ਼, ਫਿਜ਼ੀਕਲ ਡਿਸਿਪਲਿਨ ਇਜ਼ ਨੋਟ ਓਕੇ। ਰਾਈਟ, ਪ੍ਰੋਬਲਮ ਸਾਨੂੰ ਇੱਥੇ ਆਉਂਦੀ ਹੈ ਜਦੋਂ ਅਸੀਂ ਐਜ਼ ਪੇਰੈਂਟਸ ਇਹ ਸਮਝਦੇ ਹਾਂ ਕਿ ਨਵੇਂ ਕਲਚਰ ਦੇ ਵਿੱਚ ਆ ਕੇ ਸਾਨੂੰ ਕੁਛ ਨਵਾਂ ਸਿੱਖਣਾ ਪੈ ਰਿਹਾ ਹੈ ਜਿਹੜਾ ਕਿ ਸਾਡੀ ਵੈਲਿਊਜ਼ ਦੇ ਖਿਲਾਫ਼ ਜਾਂਦਾ ਹੈਗਾ, ਜਿਹੜਾ ਕਿ ਸਾਡੇ ਕਲਚਰ ਦੇ ਖਿਲਾਫ਼ ਜਾਂਦਾ ਹੈਗਾ, ਅਸੀਂ ਓਪੋਜੀਸ਼ਨਲ ਹੋ ਜਾਂਦੇ ਹਾਂ ਜਾਂ ਅਸੀਂ ਡਿਫੈਂਸਿਵ ਹੋ ਜਾਂਦੇ ਹਾਂ। ਜੀ, ਸੋ ਇਹ ਥੋੜ੍ਹਾ ਜਿਹਾ ਮੈਂ ਜਿਵੇਂ ਵਿਦ ਮੱਚ ਰਿਸਪੈਕਟ ਕਲੈਰੀਫਾਈ ਕਰਨਾ ਚਾਹੁੰਦੀ ਹਾਂ। ਦੇਖੋ, ਇੱਥੇ ਜਿਹੜੇ ਪੇਰੈਂਟਿੰਗ ਪ੍ਰੋਗਰਾਮਸ ਨੇ ਮੈਂ ਆਪ ਫੈਸਿਲੀਟੇਟ ਕਰਦੀ ਹਾਂ, ਆਈ ਐਮ ਅ ਪੇਰੈਂਟ ਮਾਈ ਸੈਲਫ, ਮੈਂ ਆਪਣੇ ਬੱਚੇ ਨੂੰ ਇੱਥੇ ਵੱਡਾ ਕੀਤਾ ਹੈਗਾ, ਉਹਦੇ 'ਚ ਉਹ ਇਹ ਨਹੀਂ ਕਹਿੰਦੇ, ਉਹ ਤੁਹਾਡੇ ਕੋਲੋਂ ਕੁਛ ਖੋ ਨਹੀਂ ਲੈਂਦੇ, ਉਹ ਤੁਹਾਨੂੰ ਸਗੋਂ ਆਲਟਰਨੇਟ ਸਟ੍ਰੈਟਜੀਜ਼ ਦਿੰਦੇ ਹੈਗੇ ਨੇ, ਕਮਿਊਨੀਕੇਸ਼ਨ ਬੈਟਰ ਬਣਾਉਣ ਦੀ ਸਟ੍ਰੈਟਜੀਜ਼ ਦਿੰਦੇ ਹੈਗੇ ਨੇ। ਜਿਹੜੀ ਅਟੈਚਮੈਂਟ ਬੇਸਡ ਪੇਰੈਂਟਿੰਗ ਹੈਗੀ ਹੈ ਉਹ ਆਲਰੇਡੀ ਸਾਡੇ ਕਲਚਰਸ ਦੇ ਵਿੱਚ ਹੈ, ਉਹ ਇਹ ਕਹਿੰਦੇ ਨੇ ਕਿ ਤੁਸੀਂ ਸਟਰੋਂਗ ਬਾਉਂਡਰੀਜ਼ ਕਿਵੇਂ ਡਿਵੈਲਪ ਕਰੋ, ਤੁਸੀਂ ਪ੍ਰੋਪਰ ਕਮਿਊਨੀਕੇਸ਼ਨ ਬੱਚਿਆਂ ਦੇ ਨਾਲ ਕਿਵੇਂ ਰੱਖਣੀ ਹੈਗੀ ਹੈ, ਕਿਉਂਕਿ ਕਮ ਟੂ ਥਿੰਕ ਆਫ ਇਟ, ਜਿਹੜੀ ਸਪੈਸ਼ਲੀ ਆਈ ਕੈਨ ਸ਼ੇਅਰ ਮਾਈ ਓਨ ਐਕਸਪੀਰੀਅੰਸ ਗਰੋਇੰਗ ਅਪ ਐਜ਼ ਅ ਇੰਡੀਪੈਂਡੈਂਟ ਵੂਮੈਨ, ਕਿ ਮੇਰੇ ਪੇਰੈਂਟਸ ਮੇਰੇ ਵਾਸਤੇ ਆਲਵੇਜ਼ ਅਵੇਲੇਬਲ ਸੀ, ਬਟ ਜਿਹੜੀ ਕਿ ਇਮੋਸ਼ਨਲ ਕਹਿ ਲਓ ਕਿ ਨੇੜਤਾ ਮੇਰੀ ਮੇਰੇ ਬੇਟੇ ਦੇ ਨਾਲ ਹੈਗੀ ਹੈ, ਉਹ ਮੇਰੇ ਪੇਰੈਂਟਸ ਦੇ ਨਾਲ ਉਨਾ ਮੈਂ ਜਿਵੇਂ ਖੁੱਲ੍ਹ ਕੇ ਗੱਲਬਾਤ ਨਹੀਂ ਸੀ ਕਰ ਸਕਦੀ ਜਿੰਨਾ ਕਿ ਮੇਰਾ ਬੇਟਾ ਮੇਰੇ ਨਾਲ ਕਰ ਸਕਦਾ ਹੈ। ਸੋ ਇਟ ਟੇਕਸ ਅ ਡਿਫਰੈਂਸ, ਜਨਰੇਸ਼ਨ ਗੈਪ ਕਹਿ ਲਓ, ਕਲਚਰ ਦਾ ਅਸਰ ਕਹਿ ਲਓ, ਜਿਹੜਾ ਕਿ ਅਸੀਂ ਦੇਖਦੇ ਹਾਂ ਕਿ
ਸਾਡੇ ਵਾਸਤੇ ਜੋ ਵੀ ਸਟ੍ਰੈਟੇਜੀ ਕਮਿਊਨੀਕੇਸ਼ਨ ਦੀ ਫਾਇਦੇਮੰਦ ਹੈਗੀ ਉਹਨੂੰ ਅਪਣਾਉਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ। ਰਾਈਟ, ਲੇਕਿਨ ਇਹਦੇ ਵਿੱਚ ਕੋਈ ਅਪਣਾਉਣ 'ਚ ਹਰਜ ਨਹੀਂ, ਪਰ ਕੀ ਆਰ ਵੀ ਰੈਡੀ ਫੋਰ ਇਟ ਕਿ ਪੇਰੈਂਟਿੰਗ ਸਕਿੱਲਸ ਹੁਣ ਮਾਂ ਪਿਓ ਐਜ਼ ਅ ਪੇਰੈਂਟ ਮੈਂ ਸਮਝਾਂ ਕਿ ਮੈਂ ਹੁਣ ਕੀ ਜਾ ਕੇ ਕਾਉਂਸਲਰਸ ਨਾਲ ਗੱਲਬਾਤ ਕਰਕੇ ਕੀ ਮੈਂ ਸਿੱਖਣਾ ਕਿ ਬੱਚਿਆਂ ਨੂੰ ਕਿਵੇਂ ਰੇਜ਼ ਕਰਨਾ, ਕਿ ਸਾਡੇ ਮਾਂ ਪਿਓ ਨੇ ਸਾਡੇ 10-10 ਬੱਚੇ ਜਿਹੜੇ ਹੈਗੇ ਸੀ ਉਹ ਰੇਜ਼ ਨਹੀਂ ਕੀਤੇ। ਇੱਕ ਇਹ ਜਿਹੜੀ ਸੋਚ ਹੈ, ਕੀ ਇੱਕ ਇੰਪੈਡੀਮੈਂਟ ਹੈਗੀ ਹੈ, ਇਹਦੇ ਬਾਰੇ ਗੱਲਬਾਤ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। They have always been there for me. From getting my dream car to celebrating life's special moments. Always bringing us joy. And now my loved ones can make them a part of their life story. Family is what you make, and they are a part of mine. Bassan Motors. ਪੇਰੈਂਟਿੰਗ ਸਕਿੱਲਸ ਦੇ ਸੰਬੰਧ ਵਿੱਚ ਗੱਲਬਾਤ ਚੱਲ ਰਹੀ ਜੀ ਸਾਦੀਆ ਸਮੀਲੋ ਨਾਲ। ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ, ਕਿਉਂਕਿ ਅੱਜ ਅਸੀਂ ਚਿੰਤਤ ਹਾਂ ਜਿਹੜੇ ਸਾਡੇ ਘਰਾਂ ਦੇ ਵਿੱਚ ਇੱਕ ਮਾਹੌਲ ਹੁੰਦਾ ਸੀ ਸੁਖਾਵਾਂ ਮਾਹੌਲ, ਉਹ ਖਰਾਬ ਹੁੰਦਾ ਜਾ ਰਿਹਾ, ਅਤੇ ਬਹੁਤ ਵਾਰੀ ਸਾਨੂੰ ਕਾਲਸ ਵੀ ਆਉਂਦੀਆਂ ਨੇ ਕਿ ਬੱਚਿਆਂ ਨਾਲ ਕਿਵੇਂ ਡੀਲ ਕੀਤਾ ਜਾਵੇ। ਜਦੋਂ ਬੱਚੇ ਤਾਂ ਟੀਨੇਜਰ ਹੋ ਜਾਂਦੇ ਨੇ ਉਸ ਸਮੇਂ ਤਾਂ ਬਹੁਤ ਵੱਡੀ ਸਮੱਸਿਆ, ਲੇਕਿਨ ਜੇਕਰ ਇਸ ਚੀਜ਼ ਉੱਤੇ ਬਚਪਨ ਤੋਂ ਹੀ ਧਿਆਨ ਦਿੱਤਾ ਜਾਏ ਤਾਂ ਡੈਫੀਨੇਟਲੀ ਬਹੁਤ ਵਧੀਆ ਰਿਜ਼ਲਟਸ ਜਿਹੜੇ ਨੇ ਸਾਹਮਣੇ ਆ ਸਕਦੇ ਨੇ। ਉਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਂਦੇ ਜੀ। ਜੀ ਸਾਦੇ ਜੀ, ਸੋ ਮਾਪੇ ਜਿਹੜੇ ਆਏ ਨੇ ਇਮੀਗ੍ਰੈਂਟਸ ਦੀ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਇੱਥੇ ਆ ਕੇ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਬਹੁਤ ਵੱਡਾ ਕਲਚਰ ਸ਼ੌਕ ਹੈ, ਦੂਸਰਾ ਫਾਈਨੈਂਸ਼ੀਅਲ ਸ਼ੌਕ ਵੀ, ਜਿਹੜੇ ਲੋਕ ਇੱਥੇ ਇਸਟੈਬਲਿਸ਼ ਹਨ ਇੱਥੇ ਆ ਕੇ ਮੁੜ ਤੋਂ ਉਹਨਾਂ ਨੇ ਜਦੋਜਹਿਦ ਕਰਨੀ ਹੈ। ਬਿਲਕੁਲ, ਇਸ ਸਫ਼ਰ ਦੇ ਦੌਰਾਨ ਬੱਚੇ ਕਈ ਵਾਰੀ ਨਿਗਲੈਕਟ ਵੀ ਹੋ ਜਾਂਦੇ ਨੇ, ਇਹ ਜੈਨੂਨ ਹੈਗੀ ਗੱਲ। ਲੇਕਿਨ ਜਦੋਂ ਕਾਉਂਸਲਿੰਗ ਦੀ ਅਸੀਂ ਗੱਲ ਕਰਦੇ ਹਾਂ, ਕਿ ਪੇਰੈਂਟਿੰਗ ਸਕਿੱਲ ਸਿੱਖਣ ਦੀ ਗੱਲ ਕਰਦੇ ਹਾਂ, ਤੁਹਾਡਾ ਕੀ ਐਕਸਪੀਰੀਅੰਸ ਹੈਗਾ ਜਦੋਂ ਇਮੀਗ੍ਰੈਂਟਸ ਨਾਲ ਤੁਸੀਂ ਡੀਲ ਕਰਦੇ ਹੋ, ਕੀ ਪੇਰੈਂਟਸ ਲਾਈਕ ਜਿਹੜੇ ਐਜੂਕੇਟਡ ਨੇ ਜਾਂ ਜਿਹੜੇ ਥੋੜ੍ਹੇ ਬਹੁਤੇ ਸਮਝਦੇ ਨੇ, ਕੀ ਉਹ ਵੀ ਰੈਡੀ ਹੁੰਦੇ ਨੇ ਕਿ ਬਈ ਮੈਂ ਜਾ ਕੇ ਪੇਰੈਂਟਿੰਗ ਸਕਿੱਲਸ ਦੇ ਬਾਰੇ ਕਿਸੇ ਨਾਲ ਗੱਲ ਜਾ ਕੇ ਕਰਾਂ ਅਤੇ ਮੈਨੂੰ ਉਹ ਦੱਸਣ ਕਿ ਮੈਂ ਆਪਣੇ ਬੱਚੇ ਨੂੰ ਕਿਵੇਂ ਰੇਜ਼ ਕਰਨਾ। ਮੈਨੂੰ ਇੱਥੇ ਥੋੜ੍ਹਾ ਜਿਹਾ ਜਵਾਬ ਦੇਣ ਦੇ ਵਾਸਤੇ ਕੇਅਰਫੁਲ ਹੋਣਾ ਪੈਣਾ ਕਿ ਮੈਂ ਇਮੀਗ੍ਰੈਂਟਸ ਨੂੰ, ਆਈ ਡੋਟ ਵਾਂਟ ਟੂ ਗਿਵ ਅ ਬਲੈਂਕਟ ਸਟੇਟਮੈਂਟ। ਰਾਈਟ, ਐਬਸੋਲੂਟਲੀ। ਸੋ ਐਵੇਂ ਕਿ ਐਵਰੀ ਫੈਮਿਲੀ ਇਜ਼ ਡਿਫਰੈਂਟ। ਓ ਆਫ ਕੋਰਸ, ਮੈਂ ਐਕਨੋਲੇਜ ਕਰਨਾ ਚਾਹੁੰਦੀ ਹਾਂ ਕਿ ਹਰ ਫੈਮਿਲੀ ਡਿਫਰੈਂਟ ਹੈਗੀ ਹੈ। ਕੁਝ ਲੋਕ ਬਹੁਤ ਰਿਸੈਪਟਿਵ ਹੁੰਦੇ ਨੇ, ਕੁਝ ਬਹੁਤ ਡਿਫੈਂਸਿਵ ਹੁੰਦੇ ਨੇ, ਸੋ ਇਟਸ ਰੀਲੀ ਸਪੈਕਟ੍ਰਮ। ਰਾਈਟ, ਸਪੈਕਟ੍ਰਮ ਹੁੰਦਾ ਰਿਸਪੌਂਸਿਸ ਦਾ। ਪੇਰੈਂਟਿੰਗ ਦੇ ਹਵਾਲੇ ਦੇ ਨਾਲ ਮੋਸਟਲੀ ਇਟਸ ਕਾਮਨ ਸੈਂਸ, ਠੀਕ ਹੈ। ਤੁਸੀਂ ਜਦੋਂ ਦੇਖਦੇ ਹੋ ਕਿ ਅਸੀਂ ਕਲਚਰਲ ਸ਼ੌਕ ਦੀ ਗੱਲ ਕੀਤੀ, ਤੁਸੀਂ ਫਾਈਨੈਂਸ਼ੀਅਲ ਜਿਵੇਂ ਐਡਜਸਟਮੈਂਟ ਦੀ ਗੱਲ ਕੀਤੀ, ਦੇਖੋ ਲੋਕ ਆਪਣੇ ਬੱਚਿਆਂ ਦੇ ਵਾਸਤੇ ਬਹੁਤ ਕੁਝ ਪ੍ਰੋਵਾਈਡ ਕਰਨਾ ਚਾਹੁੰਦੇ ਨੇ। ਰਾਈਟ, ਕਈ ਵਾਰੀ ਇਹ ਹੁੰਦਾ ਹੈ ਕਿ ਉਹ ਜਦੋਂ ਸਟਰਗਲ ਕਰ ਰਹੇ ਹੁੰਦੇ ਨੇ ਅਤੇ ਉਹ ਬੱਚਿਆਂ ਨੂੰ ਮਟੀਰੀਅਲਿਸਟਿਕ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਕੇ ਅਤੇ ਦੇ ਕਾਇੰਡ ਆਫ ਕੰਪਨਸੇਟ ਫੋਰ ਦ ਟਾਈਮ ਦੇ ਕੈ ਨੋਟ ਸਪੈਂਡ ਵਿਦ ਦੇਅਰ ਚਿਲਡਰਨ। ਅਤੇ ਤਾਂ ਹੀ ਐਵੇਂ ਕਿ ਜਿਹੜੇ ਇੱਥੇ ਪ੍ਰੋਵਿੰਸ ਦੇ ਵਿੱਚ ਤੁਸੀਂ ਦੇਖੋ ਬਹੁਤ ਸਾਰੇ ਤੁਹਾਨੂੰ ECD ਅਰਲੀ ਚਾਈਲਡਹੁੱਡ ਡਿਵੈਲਪਮੈਂਟ ਪ੍ਰੋਗਰਾਮਸ ਮਿਲਣਗੇ। ਬਹੁਤ ਸਾਰੀ ਨੋਨ ਪ੍ਰੋਫਿਟ ਸੰਸਥਾਵਾਂ ਨੇ ਜਿਹੜੀ ਕਿ ਅਰਲੀ ਈਅਰਸ 'ਤੇ ਫੋਕਸ ਕਰਦੀਆਂ ਨੇ। ਅਰਲੀ ਈਅਰਸ ਦਾ ਜੇ ਤੁਸੀਂ ਗੂਗਲ ਕਰੋ ਜਾਂ ਜਿਹੜੇ ਦਰਸ਼ਕ ਪ੍ਰੋਗਰਾਮ ਸੁਣਦੇ ਹੋਣ, ਉਹ 211 'ਤੇ ਕਾਲ ਕਰਕੇ ਪੁੱਛ ਸਕਦੇ ਨੇ ਕਿ ਜੀ ਅਰਲੀ ਈਅਰਸ ਦੇ ਕਿੱਥੇ ਨੇ ਪੇਰੈਂਟਿੰਗ ਪ੍ਰੋਗਰਾਮ, ਅਸੀਂ ਫ੍ਰੀ ਕਿੱਥੇ ਜਾ ਸਕਦੇ ਹਾਂ। ਬਹੁਤ ਸਾਰੇ ਫ੍ਰੀ ਰਿਸੋਰਸਿਸ ਪ੍ਰੋਵਿੰਸ ਕਰਦੀ ਹੈਗੀ ਹੈ ਫੰਡ। ਹੁੰਦਾ ਕੀ ਹੈ ਕਿ ਜਦੋਂ ਅਸੀਂ ਇੱਕ ਡਿਫਰੈਂਟ ਮਾਹੌਲ ਦੇ ਵਿੱਚ ਪੇਰੈਂਟਿੰਗ ਕਰਦੇ ਹਾਂ, ਤਾਂ ਹੀ ਮੈਂ ਸ਼ੁਰੂ ਦੇ ਵਿੱਚ ਇਸ ਗੱਲ ਦੀ ਤਮਹੀਦ ਬਣੀ ਸੀ ਕਿ ਅਸੀਂ ਇੱਕ ਨਵੀਂ ਥਾਂ 'ਤੇ ਆ ਕੇ ਬੈਠੇ ਹਾਂ, ਉਹਦੇ ਵਿੱਚ ਅਸੀਂ ਨਵੇਂ ਕਲਚਰ ਦੇ ਵਿੱਚ ਐਡਜਸਟ ਹੋਣਾ ਹੈਗਾ, ਸਾਡੇ ਆਪਣੇ ਚੈਲੇਂਜਸ ਨੇ, ਪਲੱਸ ਅਸੀਂ ਪੇਰੈਂਟਿੰਗ ਕਰਨੀ ਹੈ। ਅਤੇ ਕਈ ਵਾਰੀ ਜਦੋਂ ਨਵੇਂ ਪੇਰੈਂਟਸ ਇੱਥੇ ਆਉਂਦੇ ਨੇ, ਦੇ ਹੈਵ ਨੋਟ ਪੇਰੈਂਟਡ ਬਿਫੋਰ ਇਨ ਦੇਅਰ ਹੋਮ ਕੰਟਰੀਜ਼, ਕੰਟਰੀਜ਼ ਆਫ ਓਰੀਜਨ ਦੇ ਵਿੱਚ ਨਹੀਂ ਪੇਰੈਂਟਿੰਗ ਕੀਤੀ ਹੋਈ, ਇੱਥੇ ਆ ਕੇ ਜਦੋਂ ਫਸਟ ਟਾਈਮ ਪੇਰੈਂਟ ਬਣਦੇ ਨੇ ਅਤੇ ਉਹਨਾਂ 'ਤੇ ਬੜਾ ਜਿਵੇਂ ਪਰਫਾਰਮੈਂਸ ਪ੍ਰੈਸ਼ਰ ਹੁੰਦਾ, ਦੇ ਵਾਂਟ ਟੂ ਡੂ ਵੈਲ। ਅਤੇ ਐਵੇਂ ਕਿ ਜੇ ਉਹ ਲੋਕਲ ਰਿਸੋਰਸਿਸ ਦੇ ਨਾਲ ਅਰਲੀ ਏਜ ਦੇ ਵਿੱਚ ਬੱਚਿਆਂ ਦੇ ਜੁੜ ਜਾਂਦੇ ਨੇ ਤਾਂ ਸਕਸੈਸ ਰੇਟ ਇਜ਼ ਅਮੇਜ਼ਿੰਗ। ਉਹ ਜਿਵੇਂ ਲਾਇਬ੍ਰੇਰੀਜ਼ ਵੇਖ ਲਓ, ਰੈਕ੍ਰੀਏਸ਼ਨਲ ਸੈਂਟਰਸ ਵੇਖ ਲਓ, ਇੱਥੇ ਐਵੇਂ ਕਿ ਮਿਊਨਸੀਪਲ ਗਵਰਨਮੈਂਟਸ ਅਤੇ ਜਿਹੜੀ ਤੁਹਾਡੀ BC ਸਰਕਾਰ ਹੈਗੀ, ਉਹ ਕਾਫੀ ਜਿਵੇਂ ਦੇ ਗਿਵ ਫੋਕਸ ਉਹਨਾਂ ਦਾ ਹੈਗਾ ECD 'ਤੇ, ਅਤੇ ਬੜੇ ਫ੍ਰੀ ਪ੍ਰੋਗਰਾਮ ਨੇ ਜਿਹੜੇ ਕਿ ਲੋਕਾਂ ਦੇ ਵਾਸਤੇ ਅਵੇਲੇਬਲ ਨੇ। ਜਿਹੜੀ ਵੀ ਸਮੱਸਿਆ ਆਉਂਦੀ ਹੈਗੀ, ਜੇ ਤੁਸੀਂ ਅਰਲੀ ਚਾਈਲਡਹੁੱਡ 'ਤੇ ਫੋਕਸ ਨਹੀਂ ਕੀਤਾ, ਤੁਹਾਡਾ ਰਿਸ਼ਤਾ ਇੰਨਾ ਸਟਰੋਂਗ ਨਹੀਂ ਬਣ ਸਕਿਆ, ਅਤੇ ਉਹ ਬੱਚੇ ਦੇ ਵਿੱਚ ਕੌਨਫੀਡੈਂਸ ਨਹੀਂ ਆਉਂਦਾ ਹੈਗਾ ਕਿ ਉਹ ਤੁਹਾਡੇ ਨਾਲ ਆਪਣੀ ਪ੍ਰੋਬਲਮ ਸ਼ੇਅਰ ਕਰੇ। ਫਿਰ ਦੇਖੋ ਜਿਹੜੇ ਸਕੂਲ ਸਿਸਟਮ ਦੇ ਵਿੱਚ ਅਸੀਂ ਪੜ੍ਹ ਕੇ ਨਿਕਲੇ ਹੈਗੇ ਹਾਂ ਉਹ ਡਿਫਰੈਂਟ ਸੀ, ਇੱਥੇ ਸਕੂਲ ਸਿਸਟਮ ਡਿਫਰੈਂਟ ਨੇ। ਬਹੁਤ ਸਾਰੇ ਲੋਕ ਜਿਹੜੇ ਨੇ, ਸਾਡੇ ਕਲਚਰ ਦੀ ਹੀ ਸਿਰਫ ਮੈਂ ਗੱਲ ਕਰ ਰਹੀ ਹਾਂ ਕਿ ਉਹ ਕੋ ਐਜੂਕੇਸ਼ਨ ਦੇ ਵਿੱਚ ਨਹੀਂ ਪੜ੍ਹੇ ਹੋਏ, ਅਤੇ ਪੇਰੈਂਟਸ ਦੇ ਵਾਸਤੇ ਐਵੇਂ ਕਿ ਦੀਜ਼ ਚੈਲੇਂਜਸ ਆਰ ਹਿਊਜ। ਅਸੀਂ ਸਿਰਫ ਇੱਕੋ ਹੀ ਕਲਚਰ ਦੇ ਗਿੱਜੇ ਹੋਏ ਸੀ, ਸਭ ਆਲਮੋਸਟ ਇੱਕੋ ਵਰਗੀ ਵੈਲਿਊਜ਼, ਇੱਕੋ ਵਰਗੇ ਕਲਚਰ ਕਸਟਮਸ ਅਤੇ ਟ੍ਰੈਡੀਸ਼ਨਸ ਰੱਖਦੇ ਸੀ। ਇੱਥੇ ਐਵੇਂ ਕਿ ਦ ਚਾਈਲਡ ਇਜ਼ ਐਕਸਪੋਜ਼
ਐਕਸਪੋਜ਼ ਟੂ ਮਲਟੀਕਲਚਰਲਿਜ਼ਮ ਵਿਚ ਇਜ਼ ਹਿਊਜ ਤੇ ਪਹਿਲਾਂ ਤਾਂ ਐਵੇਂ ਕਿ ਪੇਰੈਂਟਸ ਨੂੰ ਆਪਣੇ ਆਪ ਦੇ ਨਾਲ ਬੈਠ ਕੇ ਸੋਚਣਾ ਚਾਹੀਦਾ ਕਿ ਅਸੀਂ ਆਪ ਮਲਟੀਕਲਚਰਲਿਜ਼ਮ ਨੂੰ ਕਿੰਨਾ ਅਪਣਾਇਆ ਸਾਡੇ ਵਾਸਤੇ ਕਲਚਰਲ ਕੰਪੀਟੈਂਸ ਕੀ ਹੈਗੀ ਹੈ ਕਲਚਰਲ ਰਿਸਪੈਕਟ ਨੂੰ ਅਸੀਂ ਆਪ ਕਿਸ ਤਰ੍ਹਾਂ ਸਮਝਦੇ ਹਾਂ ਜਿਹੜੇ ਲੋਕ ਸਾਡੇ ਤੋਂ ਡਿਫਰੈਂਟ ਨੇ ਉਹਨਾਂ ਨੂੰ ਅਸੀਂ ਆਪ ਕਿਵੇਂ ਰਿਸਪੈਕਟ ਕਰਦੇ ਹਾਂ ਅਤੇ ਆਪ ਕਿਵੇਂ ਐਕਸੈਪਟ ਕਰਦੇ ਹਾਂ ਅਤੇ ਪਹਿਲੀ ਗੱਲ ਤਾਂ ਇਹ ਆ ਜਾਂਦੀ ਹੈਗੀ ਹੈ ਟੂ ਅਗੇਨ ਬੀ ਅ ਗੁੱਡ ਰੋਲ ਮਾਡਲ ਫੋਰ ਯੋਰ ਚਿਲਡਰਨ ਥੋੜ੍ਹੀ ਜਿਹੀ ਮੈਂ ਗੱਲ ਪ੍ਰੋਬਲਮ ਸੋਲਵਿੰਗ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਅਤੇ ਕਿਉਂਕਿ ਸਾਡੇ ਮੋਸਟਲੀ ਦਰਸ਼ਕ ਪੰਜਾਬੀ ਨੇ ਅਤੇ ਮੈਂ ਇੱਕ ਬਿਲਕੁਲ ਜਿਵੇਂ ਸਿੰਪਲ ਜਿਹੀ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ ਅਸੀਂ ਪ੍ਰੋਬਲਮ ਸੋਲਵਿੰਗ ਦੀ ਜਦੋਂ ਗੱਲ ਕਰਦੇ ਹਾਂ ਅਤੇ ਪ੍ਰੋਬਲਮ ਜਿਹੜੀ ਹੈ ਨਾ ਉਹ ਹੁੰਦੀ ਹੈ 10% ਜਿਹੜਾ 90% ਐਟੀਟਿਊਡ ਹੈਗਾ ਤੁਹਾਡਾ ਆਪਣਾ ਪ੍ਰੋਬਲਮ ਰਿਜ਼ੋਲਵ ਕਰਨ ਦਾ ਉਹ ਮੈਟਰ ਕਰਦਾ ਸੋ ਇਹ ਐਟੀਟਿਊਡ ਦੇ ਵਿੱਚ ਕਿਵੇਂ ਉਹ ਚੇਂਜਸ ਲਿਆਉਂਦੇ ਜਾਣ ਕੀ ਕੁਝ ਕੀਤਾ ਜਾਏ ਇਹਦੇ ਬਾਰੇ ਅਸੀਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਤੁਹਾਡੇ ਤੋਂ ਜਾਣਕਾਰੀ ਲੈਂਦੇ ਹਾਂ ਕਿ ਬੇਸਿਕਸ ਜਿਹੜੇ ਨੇ ਕਿਹੜੇ ਕਿਹੜੇ ਸਾਨੂੰ ਇਖਤਿਆਰ ਕਰਨੇ ਚਾਹੀਦੇ ਨੇ ਜਿਹਦੇ ਨਾਲ ਕਿ ਬੈਟਰ ਬੌਂਡਿੰਗ ਜਿਹੜੀ ਉਹ ਹੋ ਸਕੇ ਅਤੇ ਬੱਚਿਆਂ ਦੀ ਸਹੀ ਪਰਵਰਿਸ਼ ਵੀ ਕੀਤੀ ਜਾ ਸਕੇ ਅੱਜ ਦਾ ਸਰਪ੍ਰਾਈਜ਼ ਵੇਖਣ ਤੋਂ ਬਾਅਦ ਪੂਰੀ ਦੁਨੀਆ ਨੂੰ ਅਸਲੀ ਪਿਆਰ ਦਾ ਪਤਾ ਚੱਲ ਜਾਏਗਾ ਅਸਲੀ ਪਿਆਰ ਯਾਨੀ ਫਾਈਬਰਟੈਕ ਕੁਆਲਿਟੀ ਪ੍ਰੋਡਕਟਸ ਬਿਹਤਰੀਨ ਡਿਜ਼ਾਈਨਸ ਕੀ ਗੱਲ ਹੈ ਅੱਜ ਫਾਈਬਰਟੈਕ ਤੋਂ ਕਿਚਨ ਸਿੰਕ ਘਰ ਲੈ ਕੇ ਜਾਣਾ ਜਾਂ ਫਿਰ ਸੁਪਨੇ ਦੇਖੀ ਜਾਣੇ Fibertech Distributors serves all across North America. 604-507-2199. FibertechBC.ca. Parenting skills ਦੇ ਸੰਬੰਧ ਵਿੱਚ ਅੱਜ ਅਸੀਂ ਜਾਣਕਾਰੀ ਲੈ ਰਹੇ ਹਾਂ ਸਾਦੀਆ ਸਮੀਲਰ ਤੋਂ ਅਤੇ ਇਹ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਖਾਸ ਤੌਰ ਉੱਤੇ ਪੇਰੈਂਟਸ ਦੀ ਕਿਉਂਕਿ ਤੁਹਾਡੇ ਵੱਲੋਂ ਬਹੁਤ ਵਾਰੀ ਫੋਨ ਕਾਲਸ ਅਤੇ ਈਮੇਲਸ ਰਾਹੀਂ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਕਿਹਾ ਗਿਆ ਸੀ ਸੋ ਉਸਨੂੰ ਹੀ ਮੁੱਖ ਰੱਖ ਕੇ ਫੋਕਸ ਕਰਕੇ ਅਸੀਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਕੋਲ ਵੀ ਜੇਕਰ ਕੋਈ ਸਵਾਲ ਹੋਣ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ ਬਾਅਦ ਦੇ ਵਿੱਚ ਤਾਂ ਕਿ ਅਸੀਂ ਆਏ ਹੋਏ ਮਹਿਮਾਨਾਂ ਤੋਂ ਉਸ ਤੋਂ ਬਾਰੇ ਪੁੱਛ ਸਕੀਏ ਜੀ ਸੋ ਬ੍ਰੇਕ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਹੁਣ ਬੌਂਡਿੰਗ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕੁਆਲਿਟੀ ਟਾਈਮ ਦਾ ਅਸੀਂ ਬਹੁਤ ਵਾਰੀ ਜ਼ਿਕਰ ਕਰਦੇ ਤੁਸੀਂ ਵੀ ਇੱਥੇ ਆ ਕੇ ਬਹੁਤ ਵਾਰੀ ਫੋਕਸ ਕਰਦੇ ਹੈਗੇ ਹੋ ਸੋ ਇਹ ਹੁਣ ਜਿਹੜਾ ਅਸੀਂ ਰਿਮੀਡੀਅਲ ਮੈਸ਼ਰਸ ਦੀ ਗੱਲ ਕਰ ਰਹੇ ਹੈਗੇ ਹਾਂ ਕੀ ਕੀਤਾ ਜਾਵੇ ਕਿਵੇਂ ਪੇਰੈਂਟਸ ਜਿਹੜੇ ਹੈਗੇ ਨੇ ਕੁਝ ਬੇਸਿਕਸ ਜਿਹੜੇ ਨੇ ਉਹਨਾਂ ਨੂੰ ਤਿਆਰ ਕਰ ਲੈਣ ਤਾਂ ਕਿ ਇੱਕ ਸਟਰੋਂਗ ਸਲੋਲੀ ਸਲੋਲੀ ਗ੍ਰੈਜੂਅਲੀ ਉਹ ਬੌਂਡਿੰਗ ਡਿਵੈਲਪ ਹੁੰਦੀ ਜਾਏ ਬੈਟਰ ਹੁੰਦੀ ਜਾਏ ਇੱਕ ਗੱਲ ਮੈਂ ਜਿਵੇਂ ਸਟ੍ਰੈਸ ਕਰਨਾ ਚਾਹਾਂਗੀ ਕਿ ਸਾਡੇ ਕਲਚਰ ਦੇ ਵਿੱਚ ਬੌਂਡਿੰਗ ਦੀ ਪ੍ਰੋਬਲਮ ਨਹੀਂ ਹੈਗੀ ਪੀਪਲ ਆਰ ਵੈਰੀ ਸਿਕਿਉਰਲੀ ਅਟੈਚ ਟੂ ਦੇਅਰ ਚਿਲਡਰਨ ਪ੍ਰੋਬਲਮ ਆਉਂਦੀ ਹੈਗੀ ਹੈ ਜਿਹੜੀ ਸਾਡੀ ਸਟ੍ਰੈਟਜੀਜ਼ ਨੇ ਉਹਦੇ ਬਾਰੇ ਅਤੇ ਪ੍ਰੋਬਲਮ ਸੋਲਵਿੰਗ ਸਟ੍ਰੈਟਜੀਜ਼ ਜਿਹੜੀਆਂ ਅਸੀਂ ਅਪਣਾਉਂਦੇ ਹੈਗੇ ਹਾਂ ਉਹਦੇ ਬਾਰੇ ਤੋ ਇੱਕ ਤੁਸੀਂ ਰੈਜ਼ਿਸਟੈਂਸ ਦੀ ਗੱਲ ਕੀਤੀ ਸੀ ਕਿ ਰੈਜ਼ਿਸਟੈਂਸ ਜਿਹੜੀ ਹੈਗੀ ਹੈ ਦੈਟ ਇਜ਼ ਅ ਹਿਊਜ ਥਿੰਗ ਕਿ ਜੇ ਅਸੀਂ ਕਹੀਏ ਕਿ ਹਾਂਜੀ ਹੁਣ ਮੈਂ ਜਾ ਕੇ ਸਿੱਖਾਂ ਕੋਈ ਚੀਜ਼ ਸੋ ਈਗੋ ਨੂੰ ਪਾਸੇ ਛੱਡ ਕੇ ਆ ਦੇਖੋ ਕਿ ਹੈਲਪਫੁਲ ਤੁਹਾਡੇ ਵਾਸਤੇ ਕੀ ਹੈਗਾ ਰੀਅਲਿਸਟਿਕਲੀ ਅਸੈਸ ਯੋਰ ਲਾਈਫ ਐਂਡ ਸੀ ਕਿ ਤੁਹਾਡੀ ਲਾਈਫ ਦੇ ਵਿੱਚ ਕੀ ਪ੍ਰੋਬਲਮਸ ਨੇ ਉਹਨਾਂ ਵਿੱਚੋਂ ਇੱਕ ਪ੍ਰੋਬਲਮ ਨੂੰ ਪ੍ਰਾਇਓਰਟਾਈਜ਼ ਕਰੋ ਅਤੇ ਉਹਦੇ ਉੱਪਰ ਜ਼ੋਰ ਲਾਓ ਉਹਨੂੰ ਫਿਕਸ ਕਰਨ ਦੇ ਵਿੱਚ ਕਿਉਂਕਿ ਜਿਹੜੀ ਪ੍ਰੋਬਲਮ ਨੂੰ ਵੀ ਅਸੀਂ ਆਈਡੈਂਟੀਫਾਈ ਕੀਤਾ ਫਿਰ ਅਸੀਂ ਆਪਣੀ ਐਨਰਜੀ ਉਹਦੇ ਵੀ ਆਰ ਪੁਟਿੰਗ ਆਰ ਐਨਰਜੀ ਟੂਵਰਡਸ ਰਿਜ਼ੋਲਵਿੰਗ ਦੈਟ ਅਤੇ ਉਹਦੇ ਉੱਪਰ ਫੋਕਸ ਕਰਕੇ ਦੇਖੋ ਕਿ ਉਹ ਉਹਨੂੰ ਕਿਹੜੇ ਕਿਹੜੇ ਸਟੈਪਸ ਤੁਹਾਨੂੰ ਚਾਹੀਦੇ ਨੇ ਰਿਜ਼ੋਲਵ ਕਰਨ ਦੇ ਵਾਸਤੇ ਈਗੋ ਨੂੰ ਪਾਸੇ ਰੱਖ ਦਿਓ ਕਿਉਂਕਿ ਤੁਹਾਡੀ ਲਾਈਫ ਦੇ ਵਿੱਚ ਜਿਹੜਾ ਕੁਝ ਇੱਕ ਤਾਂ ਤੁਹਾਡਾ ਸੋਸ਼ਲ ਇਮੇਜ ਹੈ ਪਰ ਬਿਹਾਈਂਡ ਦ ਸੀਨਸ ਜਿਹੜਾ ਕੁਝ ਤੁਸੀਂ ਸਫ਼ਰ ਕਰਦੇ ਜੇ ਉਹ ਸਿਰਫ ਤੁਸੀਂ ਸਫ਼ਰ ਕਰਦੇ ਜੇ ਅਤੇ ਜੇ ਤੁਸੀਂ ਸਮਝਦੇ ਹੋ ਕਿ ਦ ਕੋਸਟ ਆਫ ਸਫਰਿੰਗ ਇਜ਼ ਮਚ ਮੋਰ ਦੈਨ ਵਾਟ ਯੂ ਆਰ ਕਾਇੰਡ ਆਫ ਕੀਪਿੰਗ ਅਪ ਵਿਦ ਅਤੇ ਫਿਰ ਕਿਤੇ ਨਾ ਕਿਤੇ 'ਤੇ ਚੇਂਜ ਆਉਣੀ ਚਾਹੀਦੀ ਹੈ ਜੇ ਤੁਹਾਨੂੰ ਲੱਗਦਾ ਕਿ ਅਨਹੈਲਪਫੁਲ ਉਹ ਹੈ ਤੁਹਾਡੇ ਵਾਸਤੇ ਪੈਟਰਨ ਉਹ ਯੂ ਹੈਵ ਟੂ ਗੈਟ ਰਿਡ ਆਫ ਇਟ ਦੈਨ ਯੂ ਵਿਲ ਫਾਈਂਡ ਸਟ੍ਰੈਟਜੀਜ਼ ਅਤੇ ਮੈਂ ਇਸ ਗੱਲ 'ਤੇ ਸਟਰੋਂਗਲੀ ਬਿਲੀਵ ਕਰਨੀ ਹਾਂ ਕਿ ਅਸੀਂ ਸਾਰੇ ਬੜੇ ਰਿਸੋਰਸਫੁਲ ਲੋਕ ਹੈਗੇ ਹਾਂ ਅਸੀਂ ਜੇ ਕਿਸੇ ਪ੍ਰੋਬਲਮ ਤੋਂ ਨਿਕਲਣਾ ਚਾਹੁੰਦੇ ਹਾਂ ਤਾਂ ਅਸੀਂ ਜ਼ਰੂਰ ਕੋਈ ਨਾ ਕੋਈ ਰਸਤਾ ਜੇ ਚਾਹੀਏ ਤਾਂ ਜੇ ਚਾਹੀਏ ਵਿਲ ਹੁੰਦੀ ਹੈ ਰਾਈਟ ਤੁਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰਦੇ ਸੀ ਅਤੇ ਇੱਕ ਛੋਟੀ ਜਿਹੀ ਬਾਤ ਮੈਂ ਸੁਣਾਉਣਾ ਚਾਹੁੰਦੀ ਹਾਂ ਕਿ ਮੈਂ ਕਿਹਾ ਵੀ 10% ਜਿਹੜੀ ਪ੍ਰੋਬਲਮ ਹੁੰਦੀ ਹੈ ਅਤੇ 90% ਤੁਹਾਡਾ ਐਟੀਟਿਊਡ ਹੁੰਦਾ ਉਹਨੂੰ ਰਿਜ਼ੋਲਵ ਕਰਨ ਦਾ ਅਤੇ ਡਾਕਟਰ ਰਾਜਪਾਲ ਦੇ ਨਾਲ ਮੈਂ ਗਰੁੱਪ ਕਰਦੀ ਹੁੰਦੀ ਸੀ ਅਤੇ ਉਹ ਇਹ ਐਗਜ਼ਾਮਪਲ ਸਾਡੇ ਕਲਾਇੰਟਸ ਨੂੰ ਦਿੰਦੇ ਹੁੰਦੇ ਸੀ ਐਂਡ ਵੀ ਰੀਲੀ ਯੂਜ਼ ਟੂ ਇੰਜੋਏ ਦੈਟ ਸਟ੍ਰੈਸ ਮੈਨੇਜਮੈਂਟ 'ਤੇ ਗੱਲ ਕਰਦੇ ਸੀ ਅਤੇ ਉਹ ਕਹਿੰਦੇ ਸੀ ਕਿ ਇੱਕ ਪਿੰਡ ਦੇ ਵਿੱਚ ਚੋਰੀ ਹੋ ਗਈ ਅਤੇ ਇੱਕ ਪਿਓ ਸੀ ਅਤੇ ਪੁੱਤਰ ਸੀ ਅਤੇ ਉਹ ਚੋਰ ਆਇਆ ਅਤੇ ਸਾਰਾ ਕੁਝ ਲੁੱਟ ਕੇ ਲੈ ਗਿਆ ਅਤੇ ਅਗਲੇ ਦਿਨ ਸਵੇਰ ਨੂੰ ਪਿੰਡ ਵਾਲੇ ਆਏ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਉਂ ਉਹਨਾਂ ਦਾ ਮੁਕਾਬਲਾ ਨਹੀਂ ਕੀਤਾ ਅਤੇ ਉਹ ਕਹਿੰਦਾ ਕਿ ਮੈਂ ਕੀ ਕਰਨਾ ਸੀ ਜੀ ਚੋਰ ਅਤੇ ਡਾਂਗ ਦੋ ਜਣੇ ਅਤੇ ਮੈਂ ਤੇ ਬਾਪੂ ਇਕੱਲੇ ਠੀਕ ਅਤੇ ਸੋਚਣ ਦੀ ਗੱਲ ਹੈ ਕਿ ਦੇਖੋ ਪ੍ਰੋਬਲਮ ਜਿਹੜੀ ਹੈਗੀ ਹੈ ਕਿਸ ਨਜ਼ਰੀਏ ਨਾਲ ਤੁਸੀਂ ਉਹਨੂੰ ਵੇਖਦੇ ਹੋ ਪੇਰੈਂਟਿੰਗ ਇੱਕ ਬਹੁਤ ਸਾਡੀ ਲਾਈਫ ਦਾ ਵੱਡਾ ਹਿੱਸਾ ਹੈਗਾ ਅਸੀਂ ਜਿਹੜੀ ਵੀ ਸਟਰਗਲ ਕਰਦੇ ਹੈਗੇ ਹਾਂ ਮੈਂ ਬਹੁਤ ਰਿਸਪੈਕਟ ਨਾਲ ਐਕਨੋਲੇਜ ਕਰਨਾ ਚਾਹੁੰਦੀ ਹਾਂ ਕਿ ਜਿੰਨੇ ਪੇਰੈਂਟਸ ਦੇ ਨਾਲ ਮੇਰੀ ਗੱਲ ਹੁੰਦੀ ਹੈ ਉਹ ਬਹੁਤ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਬਹੁਤ ਚਾਹੁੰਦੇ ਨੇ ਉਹਨਾਂ ਦਾ ਭਲਾ ਚਾਹੁੰਦੇ ਨੇ ਅਤੇ ਜਦੋਂ ਅਸੀਂ ਪੇਰੈਂਟ ਬਣਦੇ ਹੈਗੇ ਹਾਂ ਸਾਡੇ ਵਾਸਤੇ ਬਹੁਤ ਜ਼ਰੂਰੀ ਕਿ ਅਸੀਂ ਦੇਖੀਏ ਕਿ ਸਾਡੇ ਨਾਲ ਆਪ ਦਾ ਕੀ ਬੈਗੇਜ ਹੈਗਾ ਰਾਈਟ
ਕਈ ਵਾਰੀ ਇਹ ਹੁੰਦਾ ਕਿ ਦ ਵੇ ਵੀ ਆਰ ਪੇਰੈਂਟਡ ਇਟ ਅਫੈਕਟਸ ਅਸ ਬਿਗ ਟਾਈਮ ਜੇ ਮੰਨ ਲਓ ਕਿ ਅਸੀਂ ਸਟੇਬਲ ਪੇਰੈਂਟਿੰਗ ਨਹੀਂ ਦੇਖੀ ਹੈਗੀ ਜਾਂ ਸਾਡੇ ਪੇਰੈਂਟਸ ਦੇ ਨਾਲ ਸਾਡਾ ਰਿਲੇਸ਼ਨਸ਼ਿਪ ਠੀਕ ਨਹੀਂ ਹੈਗਾ ਅਤੇ ਬਹੁਤ ਸਾਰੇ ਪੇਰੈਂਟਸ ਜਿਹੜੇ ਨੇ ਉਹ ਆਪਣੇ ਪੇਰੈਂਟਸ ਨਾਲ ਟਾਕਿੰਗ ਟਰਮਸ 'ਤੇ ਨਹੀਂ ਹੁੰਦੇ ਹੈਗੇ ਜਾਂ ਉਹ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਨਾਲ ਜ਼ਿਆਦਾ ਹੋਈ ਸੀ ਅਤੇ ਉਹ ਨਹੀਂ ਜਿਵੇਂ ਅੱਛੇ ਟਰਮਸ 'ਤੇ ਹੈਗੇ ਆਪਣੇ ਪੇਰੈਂਟਸ ਦੇ ਨਾਲ ਜਾਂ ਉਹ ਸਮਝਦੇ ਨੇ ਕਿ ਉਹਨਾਂ ਦੇ ਨਾਲ ਉਹਨਾਂ ਨੂੰ ਉਸ ਤਰ੍ਹਾਂ ਪੇਰੈਂਟ ਨਹੀਂ ਕੀਤਾ ਗਿਆ ਜਿਸ ਜੋ ਜਿਹੜਾ ਕੁਛ ਉਹ ਡਿਜ਼ਰਵ ਕਰਦੇ ਸੀ ਅਤੇ ਯੂ ਹੈਵ ਟੂ ਵਰਕ ਔਨ ਯੋਰ ਇਸ਼ੂਜ਼ ਕਿਉਂਕਿ ਜੇ ਤੁਸੀਂ ਆਪਣੇ ਇਸ਼ੂਜ਼ 'ਤੇ ਕੰਮ ਨਾ ਕਰੋਗੇ ਉਹ ਤੁਹਾਡੇ ਜਿਹੜੇ ਅਨਰਿਜ਼ੋਲਵਡ ਇਸ਼ੂਜ਼ ਨੇ ਉਹ ਕਿਤੇ ਨਾ ਕਿਤੇ ਜੀ ਬਿਹੇਵੀਅਰ ਦੇ ਵਿੱਚ ਸਾਹਮਣੇ ਆਉਣਗੇ ਦੈਟ ਅਫੈਕਟਸ ਯੋਰ ਰਿਲੇਸ਼ਨਸ਼ਿਪ ਵਿਦ ਯੋਰ ਚਿਲਡਰਨ ਕਿਉਂਕਿ ਬੱਚੇ ਬੜੀ ਛੇਤੀ ਵੱਡੇ ਹੁੰਦੇ ਨੇ ਜੇ ਤੁਸੀਂ ਆਪਣੇ ਬੱਚੇ ਅਰਲੀ ਈਅਰਸ ਦੇ ਵਿੱਚ ਇਹਨਾਂ ਗੱਲਾਂ 'ਤੇ ਫੋਕਸ ਨਾ ਕੀਤਾ ਜੇ ਤੁਸੀਂ ਆਪਣੇ ਰਿਮੀਡੀਅਲ ਮੈਜਰਸ 'ਤੇ ਤੁਸੀਂ ਗੱਲ ਕੀਤੀ ਸੀਕ ਹੈਲਪ ਇਫ ਯੂ ਨੀਡ ਹੈਲਪ ਦੈਟ ਇਜ਼ ਦ ਬੋਟਮ ਲਾਈਨ ਯੂ ਹੈਵ ਟੂ ਆਸਕ ਫੋਰ ਹੈਲਪ ਹੈਲਪ ਥੇਰੀ ਅਵੇਲੇਬਲ ਹੈ ਤੁਹਾਡੇ ਕੋਲ ਤੁਹਾਡੇ ਪਬਲਿਕ ਹੈਲਥ ਨਰਸਿਸ ਨੇ ਫੈਮਿਲੀ ਡਾਕਟਰਸ ਨੇ ਤੁਹਾਡੇ ਕੋਲ ਕਾਉਂਸਲਰਸ ਨੇ ਨੋਨ ਪ੍ਰੋਫਿਟ ਏਜੰਸੀਜ਼ ਨੇ ਹਰੇਕ ਤੁਹਾਨੂੰ ਹੈਲਪ ਕਰ ਸਕਦਾ ਜੇ ਤੁਸੀਂ ਹੈਲਪ ਲੈਣਾ ਚਾਹੋ ਅਤੇ ਅਗੇਨ ਮੈਂ ਜਿਹੜਾ ਵੀ ਸ਼ੋਅ ਤੁਹਾਡੇ ਨਾਲ ਕੀਤਾ ਹੈਗਾ ਆਲਵੇਜ਼ ਮੈਂ 211 ਨੰਬਰ ਜ਼ਰੂਰ ਲੋਕਾਂ ਨੂੰ ਇਨਕਰੇਜ ਕਰਾਂਗੀ ਕਿਉਂਕਿ ਇਟਸ ਅ ਟੋਲ ਫਰੀ ਸਰਵਿਸ ਹੈਗੀ ਹੈ ਇਟਸ ਅ ਡਾਇਰੈਕਟਰੀ ਆਫ ਰਿਸੋਰਸਿਸ ਤੁਸੀਂ ਭਾਵੇਂ ਗੂਗਲ ਕਰਕੇ ਦੇਖ ਲਓ 211 ਨਹੀਂ ਫੋਨ ਕਰਕੇ ਤੁਸੀਂ ਉਹਨਾਂ ਨੂੰ ਪੁੱਛ ਲਓ ਕਿ ਸਾਡੇ ਏਰੀਆ ਦੇ ਵਿੱਚ ਕਿਹੜੇ ਕਿਹੜੇ ਪ੍ਰੋਗਰਾਮ ਨੇ ਜਿਹੜੇ ਇਸ ਏਜ ਗਰੁੱਪ ਦੇ ਵਾਸਤੇ ਕਿਸ ਤਰ੍ਹਾਂ ਸਾਨੂੰ ਅਵੇਲੇਬਲ ਹੋ ਸਕਦੇ ਨੇ ਮੋਸਟਲੀ ਮੈਂ ਇਹ ਵੀ ਜ਼ਿਕਰ ਕਰਦੀ ਚੱਲਾਂ ਕਿ ਜਿਹੜੇ ਪ੍ਰੋਗਰਾਮਸ ਆਫਰ ਹੁੰਦੇ ਨੇ ਦੇ ਆਰ ਫਰੀ ਆਫ ਚਾਰਜ ਲੋਕਾਂ ਦੀ ਸਹੂਲਤ ਦੇ ਵਾਸਤੇ ਵੀਕਐਂਡਸ 'ਤੇ ਵੀ ਪ੍ਰੋਗਰਾਮਸ ਹੁੰਦੇ ਨੇ ਅਤੇ ਐਵੇਂ ਕਿ ਇਹ ਸਾਰੀਆਂ ਸਹੂਲਤਾਂ ਤੁਹਾਡੇ ਵਾਸਤੇ ਨੇ ਐਬਸੋਲੂਟਲੀ ਇਹਨਾਂ ਦਾ ਫਾਇਦਾ ਚੁੱਕੋ ਜੀ ਸਾਦੇ ਜੀ ਐਜ਼ ਅ ਮਦਰ ਇਹ ਸਵਾਲ ਸਾਡੇ ਕੋਲ ਬਹੁਤ ਵਾਰੀ ਆਇਆ ਇਸ ਕਰਕੇ ਮੈਂ ਚਾਹੂੰਗਾ ਇਹਨੂੰ ਜ਼ਰੂਰ ਐਡਰੈਸ ਕਰੋ ਕਲਚਰਲ ਸੈਂਸਿਟੀਵਿਟੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਮਾਤਾਵਾਂ ਦਾ ਜਦੋਂ ਫੋਨ ਆਉਂਦਾ ਤਾਂ ਇੱਕੋ ਹੀ ਚੀਜ਼ ਦੇ ਉੱਤੇ ਫੋਕਸ ਕਰਕੇ ਕਰਦੇ ਨੇ ਕਿ ਖਾਸ ਤੌਰ 'ਤੇ ਜਿਹੜੀਆਂ ਬੱਚੀਆਂ ਨੇ ਜਦੋਂ ਉਹ ਨਾਈਟ ਆਊਟ ਦੀ ਗੱਲਾਂ ਕਰਦੀਆਂ ਨੇ ਸਾਡੇ ਕਲਚਰ 'ਚ ਐਕਸੈਪਟੇਬਲ ਨਹੀਂ ਹੈਗਾ ਲੇਕਿਨ ਜਦੋਂ ਬੱਚੇ ਜਿਹੜੇ ਇਨਸਿਸਟ ਕਰਦੇ ਨੇ ਅਤੇ ਕਈ ਵਾਰੀ ਇੱਥੇ ਬਹੁਤ ਸਾਰੇ ਚੈਲੇਂਜਸ ਜਿਹੜੇ ਨੇ ਸਾਡੇ ਪੇਰੈਂਟਸ ਫੇਸ ਕਰਦੇ ਨੇ ਖਾਸ ਤੌਰ 'ਤੇ ਮਦਰਸ ਜਿਹੜੀਆਂ ਹੈਗੀਆਂ ਨੇ ਉਹਦੇ ਮੁਤਲਕ ਤੁਸੀਂ ਕੀ ਕਹਿਣਾ ਚਾਹੋਗੇ ਵਿਦ ਯੋਰ ਐਕਸਪੀਰੀਅੰਸ ਕਿ ਕਿਸ ਤਰ੍ਹਾਂ ਇਹਨੂੰ ਡੀਲ ਕੀਤਾ ਜਾਵੇ ਇਹ ਜ਼ਰੂਰ ਤੁਸੀਂ ਦੱਸਦੇ ਜਾਓ ਸੋ ਦੇਖੋ ਜਿਹੜੀ ਵੀ ਪ੍ਰੋਬਲਮ ਅਸੀਂ ਦੇਖਦੇ ਹੈਗੇ ਆ ਨਾ ਇਹ ਤਾਂ ਰਾਈਟ ਜਾਂ ਰੋਂਗ ਸਟ੍ਰੇਟ ਫਾਰਵਰਡ ਆਨਸਰ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਵੀ ਪ੍ਰੋਬਲਮ ਅਸੀਂ ਦੇਖਦੇ ਆ ਵੀ ਆਲਵੇਜ਼ ਲੁੱਕ ਐਟ ਦ ਟਿਪ ਆਫ ਦ ਆਈਸਬਰਗ ਐਬਸੋਲੂਟਲੀ ਕੰਪ੍ਰੀਹੈਂਸਿਵਲੀ ਪਹਿਲਾਂ ਉਹਨੂੰ ਸਟੱਡੀ ਕਰਨਾ ਪੈਂਦਾ ਉਹਨੂੰ ਪਹਿਲਾਂ ਸਟੱਡੀ ਕਰਨਾ ਪੈਂਦਾ ਉਹਦੇ ਥੱਲੇ ਬਹੁਤ ਸਾਰੇ ਐਸੇ ਐਲੀਮੈਂਟਸ ਹੁੰਦੇ ਨੇ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਇਹ ਜਿਹੜੀ ਇੱਕ ਫੋਨ ਕਾਲ ਆਉਂਦੀ ਹੈ ਇੱਕ ਪ੍ਰੋਬਲਮ ਲੈ ਕੇ ਉਹਦੇ ਥੱਲੇ ਕੋਈ 50 ਹੋਰ ਪ੍ਰੋਬਲਮਸ ਨੇ ਜਿਹੜੀਆਂ ਕਿ ਥੱਲੇ ਦੱਬੀਆਂ ਹੋਈਆਂ ਵੀ ਆਰ ਜਸਟ ਲੁਕਿੰਗ ਐਟ ਦ ਟਿਪ ਆਫ ਦ ਆਈਸਬਰਗ ਸੋ ਪਹਿਲੀ ਗੱਲ ਤਾਂ ਐਵੇਂ ਕਿ ਜਿਹੜੀ ਅਸੀਂ ਰਿਲੇਸ਼ਨਸ਼ਿਪ ਦੇ ਵਿੱਚ ਇਗੈਲੀਟੇਰੀਅਨ ਰਿਲੇਸ਼ਨਸ਼ਿਪਸ ਦੀ ਗੱਲ ਕਰਦੇ ਹਾਂ ਕਿ ਇਗੈਲੀਟੇਰੀਅਨ ਰਿਲੇਸ਼ਨਸ਼ਿਪਸ ਉਹ ਹੁੰਦੇ ਹੈਗੇ ਨੇ ਜਿਹਦੇ ਵਿੱਚ ਕਿ ਇੱਕ ਮਿਊਚੁਅਲ ਰਿਸਪੈਕਟ ਹੋਵੇ ਅੰਡਰਸਟੈਂਡਿੰਗ ਹੋਵੇ ਮੈਂ ਆਲਵੇਜ਼ ਜਦੋਂ ਪ੍ਰੋਗਰਾਮਸ ਫੈਸਿਲੀਟੇਟ ਕਰਦੀ ਹਾਂ ਪੇਰੈਂਟਸ ਨੂੰ ਇਹ ਕਹਿੰਦੀ ਹਾਂ ਕਿ ਯੂ ਕੈਨ ਨੈਵਰ ਬੀ ਯੋਰ ਚਾਈਲਡਸ ਬੈਸਟ ਫਰੈਂਡ ਔਰ ਫਰੈਂਡ ਐਟ ਆਲ ਯੂ ਆਰ ਅ ਪੇਰੈਂਟ ਯੂ ਕੈਨ ਹੈਵ ਅ ਫਰੈਂਡਲੀ ਰਿਲੇਸ਼ਨਸ਼ਿਪ ਫਰੈਂਡਲੀ ਰਿਲੇਸ਼ਨਸ਼ਿਪ ਤੁਸੀਂ ਰੱਖੋ ਪਰ ਤੁਸੀਂ ਉਹਨਾਂ ਦੇ ਫਰੈਂਡ ਨਹੀਂ ਹੈਗੇ ਠੀਕ ਤੁਸੀਂ ਉਹਨਾਂ ਦੇ ਪੇਰੈਂਟ ਹੈਗੇ ਹੋ ਭਾਵੇਂ ਉਹ ਗਲਤੀ ਕਰਨ ਚਿੱਟਾ ਕਰਨ ਕਾਲਾਂ ਕਰਨ ਉਹਨਾਂ ਨੇ ਇੰਨਾ ਕੰਫੀਡੈਂਸ ਤੁਹਾਡੇ ਤੇ ਰੱਖਣਾ ਕਿ ਉਹ ਆ ਕੇ ਆਪਣੀ ਗਲਤੀ ਤੁਹਾਡੇ ਅੱਗੇ ਮੰਨਣ ਠੀਕ ਤੁਹਾਡੇ ਕੋਲੋਂ ਹੈਲਪ ਲੈਣ ਠੀਕ ਹੈ ਇੱਕ ਤਾਂ ਗੱਲ ਐਵੇਂ ਜਿਹੜੀ ਗੱਲ ਅਸੀਂ ਤੁਸੀਂ ਕੀਤੀ ਵੀ ਨਾਈਟ ਆਊਟ ਸਪੈਂਡ ਕਰਨ ਦੀ ਉਹ ਤਾਂ ਇੱਕ ਸਿਨੈਰੀਓ ਹੈਗਾ ਜੀ ਜੀ ਉਹ ਕਿੱਥੇ ਤਿਕਰ ਜਿਵੇਂ ਹਾਊ ਡਜ਼ ਇਟ ਬਿਲਡ ਅਪ ਜੇ ਮੰਨ ਲਓ ਕਿ ਮੇਰੀ ਫੈਮਿਲੀ ਦੇ ਵਿੱਚ ਮੈਂ ਬਚਪਨ ਦਾ ਇੱਕ ਰੂਲ ਇਸਟੈਬਲਿਸ਼ ਕੀਤਾ ਹੋਇਆ ਫੈਮਿਲੀ ਰੂਲ ਹੈਗਾ ਜਿਹਦੇ ਉੱਪਰ ਮੈਂ ਵੀ ਅਮਲ ਕਰ ਰਹੀ ਹਾਂ ਮੇਰੇ ਹਸਬੈਂਡ ਵੀ ਕਰ ਰਹੇ ਨੇ ਮੇਰਾ ਬੇਟਾ ਵੀ ਕਰ ਰਿਹਾ ਆਲ ਆਫ ਅਸ ਆਰ ਇਗੈਲੀਟੇਰੀਅਨ ਜਿਵੇਂ ਪਾਵਰ ਨਹੀਂ ਵਿੱਚ ਹੈਗੀ ਅਤੇ ਜੇ ਮੈਂ ਐਜ਼ ਅ ਰੋਲ ਮਾਡਲ ਦੱਸਣੀ ਆ ਕਿ ਬਈ ਦਿਸ ਇਜ਼ ਮਾਈ ਵੈਲਿਊ ਇਹ ਸੀਮਾ ਹੈਗੀ ਹੈ ਠੀਕ ਹੈ ਦਿਸ ਇਜ਼ ਅ ਬਾਉਂਡਰੀ ਇਹਦੇ ਇੱਧਰ ਨੂੰ ਜੋ ਮਰਜ਼ੀ ਕਰ ਲਓ ਇਹ ਨਹੀਂ ਕਰਨੀ ਹੈਗੀ ਜੇ ਮੈਂ ਸ਼ੁਰੂ ਦੀ ਐਸਟੈਬਲਿਸ਼ ਕੀਤੀ ਹੈਗੀ ਹੈ ਉਹਦੇ ਵਿੱਚ ਕਲੈਰਿਟੀ ਹੈ ਅਤੇ ਪ੍ਰੋਬਲਮ ਆਉਣੀ ਨਹੀਂ ਚਾਹੀਦੀ ਹੁਣ ਜਦੋਂ ਸ਼ੁਰੂ ਦੇ ਵਿੱਚ ਤੁਸੀਂ ਰਿਲੇਸ਼ਨਸ਼ਿਪ ਦੇ ਕੰਮ ਨਹੀਂ ਕੀਤਾ ਜਾਂ ਪ੍ਰੋਬਲਮ ਆ ਰਹੀ ਹੈਗੀ ਅਤੇ ਕੁਛ ਨਾ ਕੁਛ ਤਾਂ ਉਹਦੇ ਵਿੱਚ ਫਿਕਸ ਹੋਣ ਵਾਲਾ ਨਾ ਅਤੇ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਇਹਦਾ ਮੈਂ ਰਾਈਟ ਅਵੇ ਜਿਵੇਂ ਯੈਸ ਜਾਂ ਨੋ ਦੇ ਵਿੱਚ ਜਾਂ ਮੇਰੇ ਕੋਲ ਜਾਦੂ ਦੀ ਛੜੀ ਨਹੀਂ ਹੈਗੀ ਕਿ ਮੈਂ ਆਨਸਰ ਦੇ ਦੇਵਾਂ ਪਰ ਐਵੇਂ ਕਿ ਜਿਹੜੇ ਲੋਕ ਪ੍ਰੋਗਰਾਮ ਸੁਣਦੇ ਨੇ ਦੇਖੋ ਯੂ ਨੋ ਕਿ ਤੁਹਾਡੀ ਲਾਈਫ ਦੇ ਵਿੱਚ ਕੀ ਹੋ ਰਿਹਾ ਯੂ ਆਰ ਦ ਬੈਸਟ ਜੱਜ ਆਫ ਯੋਰ ਓਨ ਲਾਈਫ ਅਤੇ ਤੁਸੀਂ ਐਡਰੈਸ ਕਰਕੇ ਵੇਖੋ ਕਿ ਇਹ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਕਿ ਅਗੇਨ ਕਲਚਰ ਦੀ ਮੈਂ ਗੱਲ ਕੀਤੀ ਕਿ ਸਪੈਂਡਿੰਗ ਅ ਨਾਈਟ ਆਊਟ ਉਹਦਾ ਬੈਕਗਰਾਊਂਡ ਕੀ ਹੈ ਉਹਦਾ
ਕੰਟੈਕਸਟ ਕੀ ਹੈ ਗੱਲ ਦਾ, ਜਦੋਂ ਤੱਕ ਕਿ ਸਾਨੂੰ ਕੰਟੈਕਸਟ ਨਾ ਅਵੇਲੇਬਲ ਹੋਵੇ ਤੁਸੀਂ ਇੱਕ ਫੋਨ ਕਾਲ ਤੇ ਇਹ ਪ੍ਰੋਬਲਮ ਹੱਲ ਨਹੀਂ ਕਰ ਸਕਦੇ। ਰਾਈਟ, ਉਹਦੇ ਵਾਸਤੇ ਤੁਹਾਨੂੰ ਬੈਟਰ ਰਿਲੇਸ਼ਨਸ਼ਿਪ ਜਿਹੜੀ ਕੰਪ੍ਰੀਹੈਂਸਿਵਲੀ ਦੇਖਣਾ ਪਏਗਾ ਕਿ ਇਹਦਾ ਕੀ ਹੱਲ ਹੋ ਸਕਦਾ, ਤੇ ਹਰ ਇੱਕ ਘਰ ਦੇ ਵਿੱਚ ਇੱਕ ਵੱਖਰਾ ਹੀ ਮਾਹੌਲ ਹੁੰਦਾ, ਉਸ ਹਿਸਾਬ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿਹੜੀਆਂ ਬਾਉਂਡਰੀਜ਼ ਨੇ ਪਹਿਲਾਂ ਸੈਟਅਪ ਕੀਤੀਆਂ ਜਾਣ ਅਤੇ ਉਸ ਤੋਂ ਬਾਅਦ ਅੰਡਰਸਟੈਂਡਿੰਗ ਅਤੇ ਬੈਟਰ ਰਿਲੇਸ਼ਨਸ਼ਿਪ ਵਾਲੇ ਪਾਸੇ ਜਦੋਂ ਕੰਮ ਕੀਤਾ ਜਾਏਗਾ ਤਾਂ ਡੈਫੀਨੇਟਲੀ ਇਹਦੇ ਆਨਸਰਸ ਵੀ ਤੁਹਾਨੂੰ ਆਪ ਹੀ ਮਿਲ ਜਾਣਗੇ। ਪਰ 211 ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਰਾਈਟ ਸੋਰਸ ਹੈ ਜਿੱਥੇ ਕਿ ਤੁਸੀਂ ਕਿਸੇ ਵੀ ਇਸ਼ੂ ਦੇ ਉੱਤੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਫੋਨ ਕਰ ਸਕਦੇ ਹੋ। ਤੁਹਾਡਾ ਧੰਨਵਾਦ ਜੀ ਇਸ ਇੰਪੋਰਟੈਂਟ ਇਸ਼ੂ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਫੋਰ ਯੋਰ ਟਾਈਮ। ਥੈਂਕ ਯੂ ਜੀ।